ਜਸ ਪੰਜਾਬੀ ਦੇਖਦੇ ਹੋ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਇੱਕ ਵਾਰੀ ਫਿਰ ਅੱਜ ਮੈਨੂੰ ਮੌਕਾ ਮਿਲਿਆ ਤੁਹਾਡੇ ਨਾਲ ਲਾਈਵ ਜੁੜ ਕੇ ਇਹ ਪ੍ਰੋਗਰਾਮ ਪੇਸ਼ ਕਰਨ ਦਾ ਹਲੇ ਵੀ ਦਿੱਲੀ ਆ ਰਿਪੋਰਟਿੰਗ ਸਾਡੀ ਜਾਰੀ ਹੈ ਇਸ ਮੋਰਚੇ ਨੂੰ ਲੈ ਕੇ ਕਿਸ ਤਰ੍ਹਾਂ ਵੱਖ ਵੱਖ ਡਿਵੈਲਪਮੈਂਟਸ ਇਹਨੂੰ ਵਧਾ ਰਹੀ ਹੈ ਕੁਛ ਤੁਸੀਂ ਕਹਿ ਲਓ ਚੀਜ਼ਾਂ ਹੋ ਰਹੀਆਂ ਜੋ ਇਸ ਮੋਰਚੇ ਨੂੰ ਤੋੜਨ ਦੀ ਕੋਸ਼ਿਸ਼ ਕਰੀ ਉਹ ਤਾਂ ਸ਼ੁਰੂਆਤ ਤੋਂ ਹੀ ਸੀਗੀਆਂ ਬਟ ਇਨ ਐਨੀ ਕੇਸ ਸਾਡੇ ਵੱਲੋਂ ਕਮਿਟਮੈਂਟ ਹੈਗੀ ਕਿ ਤੁਹਾਨੂੰ ਸਾਰੀ ਹਰ ਇੱਕ 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 ਚੀਜ਼ ਦੀ ਜਾਣਕਾਰੀ ਹੋਵੇ ਜਿਸ ਤਰ੍ਹਾਂ ਤੁਸੀਂ ਦੇਖਿਆ ਕੱਲ ਪਰਸੋਂ ਦੀ ਹੀ ਗੱਲ ਹੈਗੀ ਕਿ ਗਾਜ਼ੀਪੁਰ ਬਾਰਡਰ ਤੇ ਕਿਸ ਤਰ੍ਹਾਂ ਰਕੇਸ਼ ਤਕੈਤ ਕਿਸਾਨ ਆਗੂ ਨੂੰ ਅਰੈਸਟ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋਈ ਉੱਥੇ ਰਾਤੋ ਰਾਤ ਕਾਫੀ ਮਿਲਟਰੀ ਪੁਲਿਸ ਫੋਰਸਿਸ ਜਮ੍ਹਾਂ ਹੋ ਗਈ ਸਨ ਇਸ ਤੁਸੀਂ ਕਹਿ ਲਓ ਆਈਡੀਆ ਦੇ ਅੰਡਰ ਕਿ ਉਸ ਪ੍ਰੋਟੈਸਟ ਸਾਈਟ ਨੂੰ ਖਾਲੀ ਕੀਤਾ ਜਾਏਗਾ ਬਟ ਆਫਕੋਰਸ ਨਾ ਕਿ ਸਿਰਫ ਟਿਕੈਤ ਦੇ ਬਿਆਨ ਨੇ ਇਮੋਸ਼ਨਲ ਬਿਆਨ ਨੇ ਉਸ ਚੀਜ਼ ਤੇ ਰੋਕ ਪਾਈ ਬਟ ਜਿੱਥੇ ਲੋਕੀ ਥੋੜਾ ਤੁਸੀਂ ਕਹਿ ਲਓ ਡਰ ਜਾਂ ਖੌਫ ਦੇ ਅੰਡਰ ਆ ਕੇ ਛੱਡ ਗਏ ਸੀ ਗਾਜ਼ੀਪੁਰ ਸਾਈਟ ਨੂੰ ਉਸ ਤੋਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਟਿਕੈਤ ਦੇ ਇੱਕ ਬਿਆਨ ਤੋਂ ਬਾਅਦ ਇਮੋਸ਼ਨਲ ਸਪੀਚ ਤੋਂ ਬਾਅਦ ਹਜ਼ਾਰਾਂ ਦੇ ਹਿਸਾਬ ਦੇ ਵਿੱਚ ਲੋਕਲ ਪਿੰਡਾਂ ਤੋਂ ਪੰਜਾਬ ਤੋਂ ਲੋਕੀ ਫਿਰ ਗਾਜ਼ੀਪੁਰ ਬਾਰਡਰ ਆਏ ਜਿੱਥੇ ਇਹ ਨੈਕਸਟ ਹੁਣ ਪਹਿਲੂ ਇਸ ਸੰਘਰਸ਼ ਦਾ ਉਸ ਪਾਸੇ ਜਾ ਰਿਹਾ ਕਿ ਕਿਸ ਤਰ੍ਹਾਂ ਇਨ ਪ੍ਰੋਟੈਸਟ ਸਾਈਟਸ ਨੂੰ ਤੁਸੀਂ ਕਹਿ ਲਓ ਜਾਂ ਕਿ ਖਾਲੀ ਕੀਤਾ ਜਾਏ ਜਾਂ ਇਹਨਾਂ ਨੂੰ ਕੱਟ ਆਫ ਕੀਤਾ ਜਾਏ ਇਹਨਾਂ ਨੂੰ ਬਾਰਡਰਸ ਨੂੰ ਸੀਲ ਕਰਕੇ ਇਹਨਾਂ ਦੀ ਫੂਡ ਜਾਂ ਵਾਟਰ ਸਪਲਾਈ ਲਾਈਨਸ ਨੂੰ ਰੋਕਿਆ ਜਾਏ ਕੱਲ ਟਿਕਰੀ ਬਾਰਡਰ ਤੇ ਇਲੈਕਟ੍ਰਿਸਿਟੀ ਵੀ ਬੰਦ ਕੀਤੀ ਗਈ ਸੀ ਥੋੜੇ ਸਮੇਂ ਲਈ ਇਹ ਤੁਸੀਂ ਕਹਿ ਲਓ ਅਗਰ ਇੱਕ ਇਸ ਮੋਰਚੇ ਨੂੰ ਆਪਾਂ ਜੰਗ ਦੇ ਨਾਲ ਕੰਪੇਅਰ ਕਰਦੇ ਹਾਂ ਇੱਕ ਵਾਰ ਦੇ ਨਾਲ ਕੰਪੇਅਰ ਕਰਦੇ ਹਾਂ ਇਹ ਤਾਂ ਇੱਕ ਬੈਟਲ ਹੈਗੀ ਇੱਕ ਬੈਟਲ ਦਾ ਇੱਕ ਹਿੱਸਾ ਹੈ ਇਹ ਇੱਕ ਤੁਸੀਂ ਕਹਿ ਲਓ ਐਨਮੀ ਦੇ ਵੱਲੋਂ ਇੱਕ ਤਰੀਕਾ ਹੈ ਕਿ ਦੂਜੀ ਸਾਈਡ ਨੂੰ ਡਿਮੋਰਲਾਈਜ਼ ਕੀਤਾ ਜਾਏ ਉਹਨਾਂ ਨੂੰ ਵੀਕ ਕੀਤਾ ਜਾਏ ਬਟ ਕੀ ਇਹ ਚੀਜ਼ ਦਾ ਇੰਪੈਕਟ ਉਸੇ ਤਰ੍ਹਾਂ ਹੋ ਰਿਹਾ ਹੈ ਜਿਸ ਤਰ੍ਹਾਂ ਕੱਲ੍ਹ ਦੇ ਇਵੈਂਟ ਸੀਗੇ ਜਿੱਦਾਂ ਨਾ ਸਿੰਘੂ ਬਾਰਡਰ ਤੇ ਨਾ ਟਿਕਰੀ ਤੇ ਨਾ ਗਾਜ਼ੀਪੁਰ ਤੇ ਲੋਕਾਂ ਤੇ ਉਸ ਤਰ੍ਹਾਂ ਦਾ ਇਫੈਕਟ ਨਹੀਂ ਪਿਆ ਇਨ ਸਟ੍ਰੈਟਜੀਜ਼ ਨੂੰ ਲੈ ਕੇ ਜਿਸ ਤਰ੍ਹਾਂ ਦੀ ਸ਼ਾਇਦ ਆਪੋਜੀਸ਼ਨ ਹੋਪ ਕਰ ਰਹੀ ਸੀ ਇਨਫੈਕਟ ਜੋ ਪ੍ਰੋਟੈਸਟਰਸ ਦੇ ਖਿਲਾਫ ਕਾਊਂਟਰ ਪ੍ਰੋਟੈਸਟਰਸ ਆਏ ਸਨ ਜੋ ਤੁਸੀਂ ਕੁਛ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖੀਆਂ ਹੋਣੀਆਂ ਉਹਨਾਂ ਦੀ ਟਸ ਮਸ ਜੀ ਹੋ ਰਹੀ ਹੈ ਪੁਲਿਸ ਫੋਰਸਿਸ ਇੰਟਰਵੀਨ ਕਰ ਰਹੀਆਂ ਖਾਸ ਕਰਕੇ ਸਿੰਘੂ ਤੋਂ ਕਾਫੀ ਰਿਪੋਰਟਿੰਗ ਆ ਰਹੀ ਸੀ ਉਹ ਇੱਕ ਤੁਹਾਨੂੰ ਛੋਟਾ ਜਿਹਾ ਇੰਸੀਡੈਂਟ ਲੈ ਕੇ ਬਹੁਤ ਵੱਡੇ ਤਰੀਕੇ ਨਾਲ ਦਿਖਾਇਆ ਗਿਆ ਸਾਡੀ ਆਪਣੀ ਟੀਮ ਬਾਰਡਰ ਤੇ ਸੀਗੀ ਸਾਡੇ ਵੱਖ ਵੱਖ ਹੁਣ ਤੁਸੀਂ ਕਹਿ ਲਓ ਸੋਰਸਿਸ ਹਰ ਇੱਕ ਬਾਰਡਰ ਤੇ ਹਨ ਉਹ ਸਾਨੂੰ ਐਕਚੁਅਲ ਅਸਲ ਤਸਵੀਰ ਦੱਸ ਰਹੀ ਸੀ ਕਿ ਬਾਰਡਰ ਤੇ ਕਾਮ ਸਿਚੁਏਸ਼ਨ ਸੀਗੀ ਮੋਰਚੇ ਦੇ ਵਿੱਚ ਜੋ ਹਿੱਸੇਦਾਰ ਹਨ ਪ੍ਰੋਟੈਸਟਰਸ ਹਨ ਭਾਵੇਂ ਜੋ ਲੰਬੇ ਸਮੇਂ ਤੋਂ ਜੁੜੇ ਹਨ ਜਾਂ ਨਵੇਂ ਆਏ ਹਨ ਜਾਂ ਤਕੈਤ ਸਾਹਿਬ ਦੀ ਸਪੀਚ ਤੋਂ ਬਾਅਦ ਆਏ ਹਨ ਉਹਨਾਂ ਦਾ ਹੌਸਲਾ ਬੁਲੰਦ ਹੈ ਉਹਨਾਂ ਦੇ ਵਿੱਚ ਏਕਤਾ ਹੈ ਐਂਡ ਉਹਨਾਂ ਦੇ ਵਿੱਚ ਇਹ ਇੱਕ ਚੀਜ਼ ਕਲੀਅਰ ਹੈ ਕਿ ਉਹਨਾਂ ਨੇ ਕਿੱਥੇ ਨਹੀਂ ਜਾਣਾ ਜਦੋਂ ਤੱਕ ਇਹ ਬਿੱਲਸ ਰਿਪੀਲ ਨਹੀਂ ਹੁੰਦੇ ਬਟ ਫਿਰ ਵੀ ਸਾਨੂੰ ਅੱਜ ਥੋੜੀ ਜਿਹੀ ਗੱਲ ਕਰਨੀ ਚਾਹੀਦੀ ਕਿ ਤੁਸੀਂ ਜੇ ਤੁਸੀਂ ਬੈਠੇ ਹੋ ਭਾਵੇਂ ਅਮੈਰੀਕਾ ਕੈਨੇਡਾ ਯੂਕੇ ਅਬਰੋਡ ਕਿਤੇ ਵੀ ਸਾਨੂੰ ਬਹਿ ਕੇ ਵੇਖ ਰਹੇ ਹੋ ਰਿਪੋਰਟਿੰਗ ਵੇਖ ਰਹੇ ਹੋ ਸਾਡੀ ਪ੍ਰੋਗਰਾਮਿੰਗ ਸੋਸ਼ਲ ਮੀਡੀਆ ਤੇ ਹੋਰ ਵੱਖ ਵੱਖ ਵੱਡੇ ਚੈਨਲਾਂ ਦੀ ਪ੍ਰੋਗਰਾਮਿੰਗ ਤੁਹਾਨੂੰ ਥੋੜਾ ਜਿਹਾ ਮੈਂ ਕੰਟੈਕਸਟ ਦੇਣਾ ਚਾਹੁੰਦੀ ਸੀ ਐਂਡ ਕੱਲ ਇੱਕ ਹੋਰ ਚੀਜ਼ ਹੋਈ ਦੇਖੋ ਜੀ ਇੱਕ ਪੱਤਰਕਾਰ ਹੋਣ ਦੇ ਨਾਤੇ ਸਾਨੂੰ ਪਤਾ ਹੈ ਕਿ ਸਾਡੇ ਕੰਨਿਆਂ ਤੇ ਕਿੰਨਾ ਭਾਰੀ ਬੋਝ ਹੈ ਕਿ ਜਿੱਥੇ ਸਰਕਾਰ ਤੇ ਸੋਸਾਇਟੀ ਦਾ ਮੀਡੀਆ ਨੂੰ ਇੱਕ ਫੋਰਥ ਪਿੱਲਰ ਕਿਹਾ ਜਾਂਦਾ ਹੈ ਸਾਨੂੰ ਪਤਾ ਇਸ ਸੰਘਰਸ਼ ਦੇ ਵਿੱਚ ਸਾਡਾ ਵੀ ਇੱਕ ਰੋਲ ਹੈ ਨਾ ਕਿ ਸਿਰਫ ਨਿਊਜ਼ ਨੂੰ ਦੱਸਣਾ ਬਟ ਨੈਰੇਟਿਵ ਨੂੰ ਸ਼ੇਪ ਕਰਨਾ ਤੇ ਉਸ ਚੀਜ਼ ਨੂੰ ਲੈ ਕੇ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਗੈਸਟ ਇੱਕ ਪ੍ਰੋਮੀਨੈਂਟ ਜਰਨਲਿਸਟ ਵੀ ਹਨ ਰਾਈਟਰ ਵੀ ਹਨ ਐਂਡ ਜਿੱਥੇ ਕੱਲ੍ਹ ਸਰਕਾਰ ਵੱਲੋਂ ਕੱਲ ਇੰਡੀਆ ਟਾਈਮ ਕਜ ਅੱਜ ਇੱਥੇ ਇੰਡੀਆ ਸੈਟਰਡੇ ਸਵੇਰ ਹੋ ਗਈ ਹੈ ਬਟ ਫਰਾਈਡੇ ਨੂੰ ਸਰਕਾਰ ਵੱਲੋਂ ਕੁਛ ਹੋਰ ਪਰਚੇ FIRs ਇੱਥੇ ਦੇ ਕਾਫੀ ਪ੍ਰੋਮੀਨੈਂਟ ਜਰਨਲਿਸਟ ਦੇ ਖਿਲਾਫ ਰਿਲੀਜ਼ ਕੀਤੇ ਗਏ ਸੋ ਸਾਨੂੰ ਲੱਗਿਆ ਕਿ ਇੱਕ ਜਰਨਲਿਸਟ ਦਾ ਪਰਸਪੈਕਟਿਵ ਤੁਹਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਨਾ ਚਾਹੀਦਾ ਹੈ ਫੋਰ ਮਲਟੀਪਲ ਰੀਜ਼ਨ ਸੋ ਪਲੀਜ਼ ਵਿਦਆਊਟ ਐਨੀ ਫਰਦਰ ਡੂ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਸਾਡੇ ਅੱਜ ਦੇ ਗੈਸਟ ਮਿਸਟਰ
ਅਮਨਦੀਪ ਸੰਧੂ। ਸਭ ਤੋਂ ਪਹਿਲੇ ਸੰਧੂ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਬਹੁਤ ਮੈਨੂੰ ਸ਼ਾਮਿਲ ਕੀਤਾ ਤੁਸੀਂ ਸਾਰਿਆਂ ਨੂੰ। ਇਸ ਵੇਲੇ ਸ਼ਾਮ ਹੋ ਰਹੀ ਹੋਣੀ ਹੈ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਜੀ ਜੀ ਅਮਨਦੀਪ ਜੀ, ਸਭ ਤੋਂ ਪਹਿਲੇ ਤਾਂ ਯੂ ਨੋ ਜਦੋਂ ਇਸ ਮੋਰਚੇ ਨੂੰ ਲੈ ਕੇ ਸਾਡੀ ਡਿਸਕਸ਼ਨ ਹੁੰਦੀ ਹੈ, ਕਾਫੀ ਹੈਵੀ ਟੌਪਿਕ ਹੋ ਜਾਂਦਾ ਹੈ, ਐਂਡ ਤੁਹਾਡੀ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਸ਼ੁਰੂ ਤੋਂ, ਜਦੋਂ ਤੋਂ ਸਾਡੀ ਗੱਲ ਹੋਈ ਹੈ, ਭਾਵੇਂ ਇਸ ਮੋਰਚੇ ਨੂੰ ਲੈ ਕੇ ਜਾਂ ਜੋ ਕੁਛ ਹੋਰ ਪੰਜਾਬੀਆਂ ਨੇ ਸਭ ਤੋਂ ਤੁਸੀਂ ਕਹਿ ਲਓ ਹੈਵੀ ਸਭ ਤੋਂ ਡੀਪਲੀ ਅਫੈਕਟਿੰਗ ਟੌਪਿਕਸ ਹੈਗੇ, ਭਾਵੇਂ ਉਹ 84 ਪੰਜਾਬ ਦਾ ਡਿਵੀਜ਼ਨ, ਇਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਤੁਹਾਡਾ ਸੁਭਾਵ ਇਨ ਯੂ ਨੋ ਤੁਸੀਂ ਸੀਰੀਅਸ ਚੀਜ਼ਾਂ ਨੂੰ ਲੈ ਕੇ ਵੀ ਤੁਸੀਂ ਇੱਕ ਲਾਈਟ ਏਅਰ ਰੱਖ ਸਕਦੇ ਹੋ, ਤੁਸੀਂ ਕਿਸੇ ਚੀਜ਼ ਨੂੰ ਉਹਦੀ ਉਹਦੀ ਅਹਿਮੀਅਤ ਨਹੀਂ ਕੰਮ ਕਰ ਰਹੇ, ਬਟ ਇਟਸ ਸੋ ਇੰਪੋਰਟੈਂਟ ਕਿ ਤੁਸੀਂ ਇੱਕ ਖੁਸ਼ ਮਿਜ਼ਾਜ ਮਾਹੌਲ ਦੇ ਨਾਲ, ਇੱਕ ਖੁਸ਼ ਮਿਜ਼ਾਜ ਤੁਸੀਂ ਕਹਿ ਲਓ ਫੀਲਿੰਗ ਦੇ ਨਾਲ ਇਨ ਚੀਜ਼ਾਂ ਦੀ ਗੱਲ ਕਰ ਸਕਦੇ ਹੋ। ਸੋ ਐਪਰੀਸ਼ੀਏਟ ਦੈਟ। ਆਈ ਵਾਂਟ ਟੂ ਸ਼ੋ ਵਿਊਅਰਸ ਜੋ ਤੁਹਾਡੀ ਕਿਤਾਬ ਰੀਸੈਂਟਲੀ ਤੁਸੀਂ ਰਿਲੀਜ਼ ਕੀਤੀ ਹੈ, ਪੰਜਾਬ ਸਪੈਲਡ ਵਿਦ ਇਨ ਏ, ਇਫ ਸੁਖਾ ਇਫ ਯੂ ਕੈਨ ਸ਼ੋ ਦਿਸ ਪਿਕਚਰ, ਐਂਡ ਦਿਸ ਵਿਲ ਟਾਕ ਮੋਰ ਅਬਾਊਟ ਦਿਸ। This book is available agar tusi Amazon to leni, it's a fantastic read, Punjab through the eyes of someone jo Punjab to hat ke ide bare likh reha, because tusi ta Bangalore de vich rehnde ho, right Sandhu ji? Te paida Odisha vich hoya siga, te acha ji, main Punjabi, Punjab de andar vi ha, bahar vi ha, dovi ha ji. Haan ji, Punjab mere andar hai, mere khoona ch Punjab hai. Haan ji ਜੀ ਜੀ, ਐਂਡ ਤੁਹਾਡੇ ਰਾਈਟਿੰਗ ਦੇ ਵਿੱਚ ਵੀ, ਤੁਹਾਡੇ ਵਰਡਸ ਦੇ ਵਿੱਚ ਵੀ ਪੰਜਾਬ ਹੈ। ਸਭ ਤੋਂ ਪਹਿਲੇ ਸੰਧੂ ਜੀ, ਯੂ ਨੋ ਯੂ ਬਿਨ ਕਵਰਿੰਗ ਦਿਸ ਪ੍ਰੋਟੈਸਟ, ਤੁਸੀਂ ਖੁਦ ਵੀ ਇੱਥੇ ਆ ਕੇ ਟਾਈਮ ਸਪੈਂਡ ਕਰ ਰਹੇ ਹੋ, ਆ ਰਹੇ ਹੋ, ਜਾ ਰਹੇ ਹੋ, ਯੂ ਰੋਟ ਸਮ ਗ੍ਰੇਟ ਆਰਟੀਕਲਸ, ਤੇ ਸਭ ਤੋਂ ਪਹਿਲੇ ਮੈਂ ਚਾਹਾਂਗੀ ਐਜ਼ ਐਨ ਆਊਟਸਾਈਡਰ, ਰਾਈਟ, ਬਿਕਾਜ਼ ਉਹ ਪਰਸਪੈਕਟਿਵ ਆਪਾਂ ਵੀ ਸ਼ੇਅਰ ਕਰ ਰਹੇ ਹਾਂ ਵਿਊਜ਼ ਨਾਲ, ਬਟ ਤੁਸੀਂ ਇੱਥੇ ਦੇ ਇੱਕ ਇਨਸਾਈਡਰ ਵੀ ਹੋ, ਆਊਟਸਾਈਡਰ ਵੀ ਹੋ, ਤੁਹਾਡਾ ਕੀ ਓਵਰਆਲ ਪਰਸਪੈਕਟਿਵ ਹੈ ਇਸ ਸੰਘਰਸ਼ ਨੂੰ ਲੈ ਕੇ? ਜੀ ਦੇਖੋ, ਮੇਰੇ ਵਾਸਤੇ ਤਾਂ ਪਰਸਨਲੀ ਇਹ ਤਾਂ ਮੇਰੀ ਜ਼ਿੰਦਗੀ ਦੀ ਫੁਲਫਿਲਮੈਂਟ ਹੈ, ਕਿਉਂਕਿ ਜਦੋਂ ਪੰਜਾਬ 'ਚ ਬਾਹਰ ਕੋਈ ਪੈਦਾ ਹੁੰਦਾ ਅਤੇ ਪੰਜਾਬ ਦੀਆਂ ਕਹਾਣੀਆਂ ਸੁਣਦਾ, ਪੰਜਾਬ ਦੀਆਂ ਬਾਤਾਂ ਸੁਣਦਾ, ਅਤੇ ਕਲਪਨਾ ਬਣ ਜਾਂਦੀ ਹੈ ਪੰਜਾਬ ਦੀ। ਅਤੇ ਜਦੋਂ ਮੈਂ ਪੈਦਾ ਹੋਇਆ, ਮੇਰੀਆਂ ਮਾਵਾਂ ਨੇ ਮੈਨੂੰ, ਮੇਰੇ ਫਾਦਰ ਸਾਹਿਬ ਨੇ, ਸਾਰਿਆਂ ਨੇ ਮੈਨੂੰ ਕਹਾਣੀਆਂ ਦੱਸੀਆਂ, ਪਰ ਜਿਹੜਾ ਪੰਜਾਬ ਮੈਂ ਵੇਖਿਆ 80s ਵਿੱਚ ਵੇਖਿਆ, ਉਹ ਤਾਂ ਉਹੋ ਜਿਹਾ ਨਹੀਂ ਸੀਗਾ। ਮੈਂ ਉੱਥੇ ਸਕੂਲ 'ਚ ਪੜ੍ਹਨ ਗਿਆ ਸੀ, ਅਤੇ ਪੰਜਾਬ ਉਦੋਂ ਤਾਂ ਦਹਿਸ਼ਤਗਰਦੀ ਵਿੱਚ ਸੀ। ਉਸ ਤੋਂ ਬਾਅਦ ਜਿਹੜਾ ਪੰਜਾਬ ਦੇਖ ਰਿਹਾ, ਉਹ ਢਹਿੰਦਾ ਹੀ ਜਾ ਰਿਹਾ, ਢਹਿੰਦਾ ਹੀ ਜਾ ਰਿਹਾ। ਅਤੇ ਕਿਤਾਬ ਲਿਖਣ ਦਾ ਵੀ ਮਨਸ਼ਾ ਇਹੀ ਸੀਗੀ ਕਿ ਜਾ ਕੇ ਦੇਖੀਏ, ਹੁਣ 25 ਹੋ ਗਏ, ਦਹਿਸ਼ਤਗਰਦੀ ਖਤਮ ਹੋਈ ਹੈ, ਕੀ ਚੈਨ ਆ ਗਿਆ ਅਤੇ ਕੀ ਇੱਥੇ ਸ਼ਾਂਤੀ ਆ ਗਈ। ਅਤੇ ਮੈਨੂੰ ਲੱਗਿਆ ਕਿ ਇਹੋ ਜਿਹਾ ਕੁਛ ਵੀ ਨਹੀਂ ਹੋਇਆ ਅਜੇ। ਕਿਤਾਬ ਦੀ ਕੰਕਲੂਜਨ 'ਚ ਮੈਂ ਇਹੀ ਕਹਿ ਰਿਹਾ ਕਿ ਪੰਜਾਬ ਨੂੰ ਇੱਕ ਪੋਸਟ ਕੌਨਫਲਿਕਟ ਰੀਜਨ ਦੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ, ਭਾਵੇਂ ਉਹ 47 ਹੋਵੇ, ਭਾਵੇਂ ਉਹ ਮਿਲੀਟੈਂਸੀ ਦਾ ਦੌਰ ਹੋਵੇ, ਪੋਲਿਊਸ਼ਨ ਦੇ ਆਫਟਰ ਇਫੈਕਟਸ ਹੋਣ। ਅਤੇ ਪਰ ਹੁਣ ਦੇਖ ਰਿਹਾ ਕਿ ਪੰਜਾਬ ਆਪਣੇ ਆਪ ਹੀ ਆਪਣੇ ਆਪ ਨੂੰ ਮਰਮ ਲਾਉਣ ਵਾਸਤੇ ਤੁਰ ਪਿਆ। ਇਸ ਤੋਂ ਵੱਡੀਆਂ ਕੀ ਹੋ ਸਕਦਾ ਕਿ ਪੰਜਾਬ ਖੜ੍ਹਾ ਹੋ ਗਿਆ ਉਹਨਾਂ ਸਾਰੇ ਵੈਲਿਊਜ਼ 'ਤੇ ਜਿਹੜਾ, ਜਿਸ ਕਰਕੇ ਪੰਜਾਬ ਸਿਰਜਿਆ ਗਿਆ ਸੀਗਾ, ਜਿਸ ਕਰਕੇ ਪੰਜਾਬ ਬਣਿਆ ਸੀਗਾ। ਅਤੇ ਬਹੁਤ ਅੱਛਾ ਲੱਗਿਆ ਮੈਨੂੰ, ਤਾਂਹੀਓ ਮੈਨੂੰ ਇੰਟਰਸਟ ਸੀ, ਅਤੇ ਡੇ -1 ਤੋਂ ਮੈਂ ਇੰਟਰਸਟਿਡ ਹੋ ਗਿਆ ਜਦੋਂ ਉਹ ਸ਼ੰਭੂ ਪਹੁੰਚ ਰਹੇ ਸੀਗੇ, ਅਤੇ ਕੌਂਸਟੈਂਟ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ 80s ਵਿੱਚ ਸਾਡਾ ਕਹਾਣ ਇਹ ਸੀਗਾ ਕਿ ਸਾਡੇ ਕੋਲ ਬਿਰਤਾਂਤ ਨਹੀਂ ਸੀਗਾ, ਬਿਰਤਾਂਤ ਇੱਕ ਸਟੇਟ ਦੀ ਮੀਡੀਆ ਡੋਮੀਨੇਟ ਕਰ ਰਹੀ ਸੀਗੀ ਉਹਦੀਆਂ ਗੱਲਾਂ, ਅਤੇ ਜਦੋਂ ਪੰਜਾਬ ਜਾ ਕੇ ਸੀ ਲੋਕਾਂ ਦੀਆਂ ਗੱਲਾਂ ਸੁਣੋ, ਉਹਨਾਂ ਵਿੱਚ ਇੰਨਾ ਫਰਕ ਸੀਗਾ, ਇੰਨਾ ਪਾੜ ਸੀਗਾ। ਅਤੇ ਮੈਂ ਕਿਹਾ ਹੁਣ ਦੂਜਾ ਮੌਕਾ ਆ ਰਿਹਾ, ਬਿਲਕੁਲ ਡਰ ਸ਼ੁਰੂ ਵਿੱਚ ਉਹੋ ਜਿਹਾ ਹੀ ਸੀਗਾ, ਅੱਜ ਦੇ ਦਿਨਾਂ ਵਿੱਚ ਦੁਬਾਰਾ ਉਹੋ ਜਿਹਾ ਹੀ ਡਰ ਬਣ ਗਿਆ ਕਿ ਜੋ 80s ਵਿੱਚ ਪੰਜਾਬ ਨਾਲ ਹੋਇਆ ਉਹ ਦੁਬਾਰਾ ਹੋ ਸਕਦਾ। ਗੌਰਮੈਂਟ ਕੋਸ਼ਿਸ਼ ਕਰ ਰਹੀ ਹੈ ਆਪਣੇ ਵੱਲੋਂ, ਪਰ ਇਹੀ ਸੀਗਾ ਕਿ ਫੜ ਕੇ ਰੱਖਣਾ, ਨੈਰੇਟਿਵ ਨੂੰ ਫੜ ਕੇ ਰੱਖਣਾ ਆਪਾਂ। ਅਤੇ ਮੈਨੂੰ ਸੈਟਿਸਫੈਕਸ਼ਨ ਹੈ ਕਿ ਮੈਂ ਹੀ ਨਹੀਂ, ਹਜ਼ਾਰਾਂ ਲੋਕ, ਆਪਣੇ ਕੋਲ ਇੱਕ ਆਈ ਟੀ ਸੈੱਲ ਹੈਗਾ ਹੁਣ ਤਾਂ ਬੀਜੇਪੀ ਦੀ ਆਈ ਟੀ ਸੈੱਲ ਨੂੰ ਕਾਊਂਟਰ ਕਰਨ ਵਾਸਤੇ ਆਪਾਂ ਸਾਰੇ ਲੱਗੇ ਹੋਏ ਹਾਂ, ਅਤੇ ਹਰ ਦਿਨ ਆਪਾਂ ਜਿੱਤ ਰਹੇ ਹਾਂ, ਮੈਨੂੰ ਇਹਦੀ ਬੜੀ ਖੁਸ਼ੀ ਹੈ। ਜੀ ਜੀ, ਆਮ ਸੋ ਗਲੈਡ ਤੁਸੀਂ ਇਹ ਚੀਜ਼ ਸ਼ੇਅਰ ਕੀਤੀ, ਬਿਕੋਜ਼ ਯੂ ਨੋ ਇਹ ਇੱਕ ਇਹੋ ਜਿਹੀ ਗੱਲ ਹੈ ਜੋ ਇੱਥੇ ਗਰਾਊਂਡ ਤੋਂ ਜਿੰਨੀ ਜ਼ਿਆਦਾ ਆਪਾਂ ਦੱਸੀਏ ਸਾਡੇ ਜੋ ਬਾਹਰ ਬੈਠੇ ਸਪੋਰਟਰ, ਸਰੋਤੇ, ਵਿਊਅਰਸ, ਕਮਿਊਨਿਟੀ ਹੈਗੀ,
ਇਹ ਚੀਜ਼ ਬਾਰ ਬਾਰ ਦੁਹਰਾਉਣੀ ਬਹੁਤ ਹੀ ਇੰਪੋਰਟੈਂਟ ਹੈ ਬਿਕੋਜ਼ ਲਾਈਕ ਯੂ ਸੈਡ ਦੂਜੀ ਸਾਈਡ ਤੋਂ ਐਂਪਲ ਫੋਰਸਿਸ ਹਨ ਇਸ ਨੈਰੇਟਿਵ ਨੂੰ ਜੋ ਖਤਮ ਤੇ ਖਰਾਬ ਕਰਨ ਦੀ ਕੋਸ਼ਿਸ਼ ਕਰੀ ਹੈ ਅਮਨਦੀਪ ਸੰਧੂ ਰਾਈਟਰ ਆਥਰ ਇਨਫਲੂਐਂਸਰ ਮੈਂ ਕਹਾਂਗੀ ਐਂਡ ਜਸਟ ਅ ਜਨਰਲੀ ਗੁੱਡ ਪਰਸਨੈਲਿਟੀ ਟੂ ਟਾਕ ਟੂ ਸਾਡੇ ਨਾਲ ਜੁੜੇ ਹਨ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹੈ ਤੁਸੀਂ ਕਿੱਥੇ ਨਾ ਜਾਓ ਲਾਈਵ ਪ੍ਰੋਗਰਾਮ ਤੁਹਾਡੇ ਨਾਲ ਇਸੇ ਤਰ੍ਹਾਂ ਪੇਸ਼ ਕਰਦੇ ਰਹਾਂਗੇ ਬ੍ਰੇਕ ਤੋਂ ਉਸ ਬਾਅਦ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਲਾਈਵ ਤੁਹਾਡੇ ਨਾਲ ਇੱਕ ਵਾਰੀ ਫਿਰ ਜੁੜੇ ਹਨ ਪਲੀਜ਼ ਤੁਸੀਂ ਵੀ ਸਾਡੇ ਨਾਲ ਕਾਲ ਕਰਕੇ ਆਪਣੇ ਕੁਐਸਚਨਸ ਕਮੈਂਟਸ ਜੋ ਤੁਸੀਂ ਪੁੱਛਣਾ ਹੈ ਸਾਨੂੰ ਪੁੱਛ ਸਕਦੇ ਹੋ ਦਿੱਲੀ ਤੋਂ ਤੁਹਾਡੇ ਨਾਲ ਰਿਪੋਰਟ ਪੇਸ਼ ਕਰ ਰਹੇ ਹਾਂ ਇਸ ਹਫਤੇ ਬਹੁਤ ਜ਼ਿਆਦਾ ਮੈਂ ਕਹਾਂਗੀ ਡਿਫਰੈਂਟ ਤਰੀਕੇ ਦੀ ਨਿਊਜ਼ ਸਾਨੂੰ ਸੁਣਨ ਨੂੰ ਮਿਲੀ ਜਿੱਥੇ ਅੱਜ ਹਾਲੇ ਤੱਕ ਇਸ ਹਫਤੇ ਤੱਕ ਇਸ ਮੋਰਚੇ ਤੋਂ ਕਾਫੀ ਪੋਜ਼ਿਟਿਵ ਜ਼ਿਆਦਾਤਰ ਨਿਊਜ਼ ਰਿਪੋਰਟਿੰਗ ਤੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਸੀ 26 ਨੂੰ ਲੈ ਕੇ ਉਹ ਨੈਰੇਟਿਵ ਥੋੜਾ ਜਿਹਾ ਚੇਂਜ ਹੋਇਆ ਲੇਕਿਨ ਇਹ ਲੜਾਈ ਸਿਰਫ ਇਨ ਕਾਨੂੰਨਾਂ ਦੇ ਖਿਲਾਫ ਨਹੀਂ ਹੈਗੀ ਕਿਸਾਨਾਂ ਦੀ ਖੇਤੀਬਾੜੀ ਦੀ ਲੜਾਈ ਨਹੀਂ ਹੈ ਇਹ ਸ਼ਬਦਾਂ ਦੀ ਲੜਾਈ ਹੈ ਇਹ ਸੋਚ ਦੀ ਲੜਾਈ ਹੈ ਤੇ ਜਿੱਥੇ ਸ਼ਬਦਾਂ ਦੀ ਸੋਚ ਦੀ ਗੱਲ ਆਉਂਦੀ ਹੈ ਇਸ ਲੜਾਈ ਦੇ ਵਿੱਚ ਪੱਤਰਕਾਰੀ ਤੇ ਉਨ ਸ਼ਬਦਾਂ ਤੇ ਵੀ ਉਨਾ ਹੀ ਅਟੈਕ ਹੋ ਰਿਹਾ ਹੈ ਜਿੰਨਾ ਕਿ ਇਸ ਮੋਰਚੇ ਤੇ ਮੋਰਚੇ ਦੇ ਹਿੱਸੇਦਾਰਾਂ ਤੇ ਹੋ ਰਿਹਾ ਹੈ ਉਹਨਾਂ ਦੇ ਹੌਸਲੇ ਤੇ ਹੋ ਰਿਹਾ ਹੈ ਲੇਕਿਨ ਦੇਖੋ ਜੀ ਫਰਾਈਡੇ ਸ਼ਾਮ ਦਾ ਦਿਨ ਹੈ ਜਿੱਥੇ ਤੁਸੀਂ ਸਾਨੂੰ ਵੇਖ ਰਹੇ ਹੋ ਸੋ ਆਪਾਂ ਥੋੜਾ ਜਿਹਾ ਅੱਜ ਪ੍ਰੋਗਰਾਮ ਨੂੰ ਜਿੱਦਾਂ ਕਹਿੰਦੇ ਨਾ ਫੀਲ ਗੁੱਡ ਰੱਖਣਾ ਹੈ ਤੇ ਮੇਰੇ ਨਾਲ ਜੁੜੇ ਹਨ ਅਮਨਦੀਪ ਸੰਧੂ ਰਾਈਟਰ ਆਥਰ ਫਨ ਪਰਸਨੈਲਿਟੀ ਜੋ ਕਿ ਇਨ ਚੀਜ਼ਾਂ ਦੀ ਗੱਲ ਕਰਕੇ ਵੀ ਮੈਂ ਕਹਾਂਗੀ ਆਪਣੇ ਸੁਭਾਅ ਦੇ ਨਾਲ ਥੋੜਾ ਜਿਹਾ ਚੀਜ਼ਾਂ ਨੂੰ ਲਾਈਟ ਰੱਖਦੇ ਆ ਅਮਨਦੀਪ ਜੀ ਸਭ ਤੋਂ ਪਹਿਲੇ ਤਾਂ ਸਾਡੀ ਗੱਲ ਹੋ ਰਹੀ ਸੀ ਰਾਈਟ ਕੱਲ੍ਹ ਇਸ ਸਿੰਘੂ ਤੇ ਜੋ ਸਕਰਮਿਸ਼ ਹੋਈ ਹਲਚਲ ਹੋਈ ਹੈ ਨਾ ਪ੍ਰੋਟੈਸਟਰਸ ਦੇ ਖਿਲਾਫ ਕਾਊਂਟਰ ਪ੍ਰੋਟੈਸਟਰਸ ਆਏ ਹਨ ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਵਾਂਗੀ ਬਿਕੋਜ਼ ਸਾਰਿਆਂ ਨੇ ਇਹ ਚੀਜ਼ ਵੇਖਣੀ ਹੋਣੀ ਹੈ ਸੋਸ਼ਲ ਮੀਡੀਆ ਤੇ ਤਾਂ ਵਾਧੂ ਹੀ ਵੇਖੀ ਹੋਣੀ ਹੈ ਬਟ ਸਾਡੀ ਗੱਲ ਹੋ ਰਹੀ ਸੀ ਕਿ ਸਾਨੂੰ ਇਹਦੀ ਡੈਫੀਨੇਸ਼ਨ ਜਿਸ ਤਰ੍ਹਾਂ ਆਪਾਂ ਇਸ ਚੀਜ਼ਾਂ ਨੂੰ ਦੱਸਦੇ ਹਾਂ ਅੱਗੇ ਉਸ ਚੀਜ਼ ਨੂੰ ਡਿਫਾਈਨ ਥੋੜਾ ਜਿਹਾ ਹੋਰ ਬਿਹਤਰ ਕਰਨਾ ਪੈਣਾ ਰਾਈਟ ਕਿ ਜੋ ਸਪੈਕਟ੍ਰਮ ਹੈਗਾ ਇਸ ਲੈਂਗੁਏਜ ਦਾ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਯਾ ਇਟਸ ਪ੍ਰੀਟੀ ਬੈਡ ਯੂ ਨੋ ਸਾਡੀ ਟੀਮ ਉੱਥੇ ਸੀ ਯੂ ਸੈਡ ਪ੍ਰੀਟੀ ਬੈਡ ਕਹਾਂ ਰਾਈਟ ਉਹਦੇ ਬਾਰੇ ਸਾਨੂੰ ਦੱਸੋ ਨਹੀਂ ਦੇਖੋ ਇਹ ਬਹੁਤ ਅਹਿਮ ਹੈ ਜਾਣਨਾ ਕਿ ਜਦੋਂ ਆਪਾਂ ਦੂਰ ਹੁੰਦੇ ਹਾਂ ਤੇ ਆਪਾਂ ਖਾਲੀ ਸ਼ਬਦਾਂ ਤੇ ਆਪਣੀ ਇਮੈਜੀਨੇਸ਼ਨ ਵਿੱਚ ਕਿਸੇ ਜਗ੍ਹਾ ਦੀ ਕਲਪਨਾ ਕਰਦੇ ਹਾਂ ਤੇ ਉਹ ਸਾਨੂੰ ਇੱਕ ਬੜਾ ਡਿਫਰੈਂਟ ਇੰਡੀਕੇਸ਼ਨ ਦੇ ਸਕਦਾ ਹੈ ਬਜਾਏ ਕਿ ਜਦੋਂ ਉੱਥੇ ਆਪਾਂ ਗਰਾਊਂਡ ਤੇ ਹੋਈਏ ਤੇ ਦੇਖ ਰਹੇ ਹੋਈਏ ਮੈਂ ਆਪਣੀ ਜ਼ਿੰਦਗੀ ਤੋਂ ਜਿਹੜੀ ਐਗਜ਼ਾਮਪਲ ਦੇਣੀ ਹੈ ਤੇ ਜਦੋਂ ਮੈਂ ਪੰਜਾਬ ਦਾ ਦੌਰਾ ਸ਼ੁਰੂ ਕੀਤਾ ਤੇ ਉਦੋਂ ਵੀ ਆ ਚਿੱਟੇ ਮੱਛਰ ਵਾਲਾ ਹੋਇਆ ਹੋਇਆ ਸੀਗਾ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਤੇ ਉਦੋਂ 3 ਦਿਨਾਂ ਬਾਅਦ ਉਹ ਵਿਗੜ ਗਿਆ ਉਹ ਬੇਅਦਬੀ ਦੀਆਂ ਘਟਨਾਵਾਂ ਹੋਣ ਲੱਗ ਗਈਆਂ ਤੇ ਸਾਰੀ ਦੁਨੀਆ ਵਿੱਚ ਜਾਣ ਲੱਗ ਗਿਆ ਹੋ 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 ਪੰਜਾਬ 'ਚ ਕੀ ਹੋ ਗਿਆ ਪੰਜਾਬ 'ਚ ਇਹ ਹੋ ਗਿਆ ਬਹੁਤ NRI ਸੰਗਤ ਆਪਣੀ ਉਹਨਾਂ ਨੂੰ ਸਾਰਿਆਂ ਨੂੰ ਹੀ ਬੜਾ ਸੀਗਾ ਤੇ ਦੇਖੋ ਇੱਕ ਆਪਣੀ ਹਿਸਟਰੀ ਹੈਗੀ ਹੈ ਬਹੁਤ ਭਾਰੀ ਹਿਸਟਰੀ ਹੈਗੀ ਹੈ ਆਪਣੀ ਕੌਮ ਦੀ ਹਿਸਟਰੀ ਹੈ ਆਪਣੇ ਸਟੇਟ ਦੀ ਹਿਸਟਰੀ ਹੈ ਆਪਣੇ ਲੋਕਾਂ ਦੀ ਹਿਸਟਰੀ ਹੈ ਇਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਤਸ਼ੱਦਦ ਹੁੰਦੇ ਰਹਿੰਦੇ ਨੇ ਅਤਿਆਚਾਰ ਹੁੰਦਾ ਰਹਿੰਦਾ ਹੈ ਪਰ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਆਪਾਂ ਇਸ ਨੂੰ ਜੇ ਆਪਣੇ ਮਨ 'ਚ ਕੈਟੇਗਰੀ ਕਰੀਏ ਤਾਂ ਫਿਰ ਕਿਹੜੇ ਲੈਵਲ 'ਤੇ ਅਤਿਆਚਾਰ ਹੋ ਰਿਹਾ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਸਾਡੇ ਵਾਸਤੇ ਹੈ ਨਾ ਅਤੇ ਤਾਂ ਹੀ ਮੈਂ ਕਿਹਾ ਕੱਲ੍ਹ ਹੁਣ ਉਹਨਾਂ ਦੇ ਸੰਘਰਸ਼ ਕਮੇਟੀ ਵਾਲਿਆਂ 'ਤੇ ਅਟੈਕ ਹੋਇਆ ਮੈਂ ਵੀ ਫੁਟੇਜ ਦੇਖੀ ਹੈ ਪਹਿਲੇ ਕੁਛ ਮਿੰਟ ਕੁਛ ਦੇਰ ਆਈ ਮੀਨ ਘੱਟੋ ਘੱਟ 45 ਮਿੰਟ ਜਦੋਂ ਉਹ ਨਾਅਰੇਬਾਜ਼ੀ ਕਰ ਰਹੇ ਸੀਗੇ ਦੂਜੇ ਲੋਕ ਆ ਕੇ ਪੁਲਿਸ ਨੇ ਕੁਛ ਨਹੀਂ ਕਿਹਾ ਉਹਨਾਂ ਨੂੰ ਜਦੋਂ ਪਥਰਾਵ ਕਰਨ ਲੱਗ ਗਏ ਉਦੋਂ ਵੀ ਕੁਝ ਨਹੀਂ ਕਿਹਾ ਉਹਨਾਂ ਨੂੰ ਪਰ ਜਦੋਂ ਫਿਰ ਫਾਈਨਲੀ ਉਹ ਅੱਗੇ ਵਧੇ ਤੇ ਕਿਸਾਨ ਇੱਧਰੋਂ ਅੱਗੇ ਵਧੇ ਉਦੋਂ ਪੁਲਿਸ ਆ ਕੇ ਕਿਸਾਨਾਂ ਨੂੰ ਮਾਰ ਰਹੀ ਹੈ ਨਾ ਇਹ ਗੱਲ ਫੈਕਟ ਹੈ ਇਹ ਹਿੰਦੁਸਤਾਨ ਵਿੱਚ ਤਾਂ ਇਹ ਬੜਾ ਹਿਊਮਨ ਰਾਈਟਸ ਵਾਇਲੇਸ਼ਨ ਲੱਗੂਗਾ ਪੁਲਿਸ ਦੀ ਐਫੀਸ਼ੀਐਂਸੀ ਤੇ ਕੁਐਸਚਨ ਹੋਊਗਾ ਸਿਸਟਮ ਕਿਉਂ ਨਹੀਂ ਕੰਮ ਕਰਦਾ ਇਹ ਸਾਰਾ ਕੁਝ ਹੋਊਗਾ ਪਰ ਜੇ ਅਸੀਂ ਆਪਾਂ ਦੇਖੀਏ ਆਪਣੇ ਪੰਜਾਬ ਵੱਲ ਵੇਖੀਏ ਆਪਾਂ ਤਾਂ 15 ਸਾਲ ਦਹਿਸ਼ਤ ਦੇ ਕੱਟੇ ਹੈ ਆਪਾਂ ਨੂੰ ਪਤਾ ਹੀ ਹੈ ਪੁਲਿਸ ਕਿਵੇਂ ਕੰਮ ਨਹੀਂ ਕਰਦੀ ਆਪਾਂ ਨੂੰ ਪਤਾ ਹੀ ਹੈ ਕਿ ਹੁਣ ਜਿਹੜੀ ਗੌਰਮੈਂਟ ਹੈਗੀ ਹੈ ਇਹ ਤਾਂ ਜਮਾਂ ਹੀ ਆਪਣੇ ਜਿੰਨੇ ਵੀ ਇਹਦੇ ਔਜ਼ਾਰ ਨੇ ਸਾਰਿਆਂ ਨੂੰ ਯੂਜ਼ ਕਰਦੀ ਹੈ ਲੋਕਾਂ ਦੇ ਖਿਲਾਫ ਅਤੇ ਫਿਰ ਜੇ ਮੈਂ ਤੁਹਾਨੂੰ ਜਿਹੜੀ ਐਗਜ਼ਾਮਪਲ ਦੇ ਰਿਹਾ ਸੀਗਾ ਕਿ ਦੇਖੋ 80ਆਂ ਦਾ ਦੀ ਦੁਹਾਈ ਪੈ ਰਹੀ ਹੈ ਮੇਰੇ ਮਨ 'ਚ ਅਤੇ 80ਆਂ ਵਿੱਚ ਆਪਾਂ ਨਾਲ ਕੀ ਹੋਇਆ ਸੀਗਾ ਫਾਈਨਲੀ ਕੀ ਹੋਇਆ ਸੀਗਾ ਆਪਾਂ ਨੂੰ ਪਤਾ ਹੈਗਾ ਹੈ ਨਾ
ਉਹ ਭਾਵੇਂ ਦਰਬਾਰ ਸਾਹਿਬ 'ਤੇ ਅਟੈਕ ਹੈ, ਭਾਵੇਂ ਮਿਸਿਸ ਗਾਂਧੀ ਦੀ ਦਾ ਕਤਲ ਹੈ, ਅਤੇ ਉਸ ਤੋਂ ਬਾਅਦ ਜਿਹੜੇ ਐਂਟੀ ਸਿੱਖ ਪ੍ਰੋਗਰਾਮ ਹੋਇਆ ਸੀਗਾ। ਅਤੇ ਆਪਾਂ ਨੂੰ ਇਹ ਡਿਫਾਈਨ ਕਰਨਾ ਪੈਣਾ ਲੈਂਗੁਏਜ ਨੂੰ ਕਿ ਆਪਾਂ ਕਿਹੜੀ ਗੱਲ ਨੂੰ ਬਹੁਤ ਮਾੜੀ ਬਹੁਤ ਮਾੜੀ ਕਹੀਏ, ਕਿਉਂਕਿ ਬਹੁਤ ਮਾੜੀ ਤੋਂ ਗਾਂਹ ਤਾਂ ਕੁਛ ਹੈ ਹੀ ਨਹੀਂ ਨਾ ਸਾਡੇ ਕੋਲ ਕਹਿਣ ਵਾਸਤੇ, ਹੈ ਨਾ। ਅਤੇ ਸਾਨੂੰ ਪ੍ਰੋਸੈਸ ਕਰਨ ਵਾਸਤੇ, ਇਹਨੂੰ ਸਮਝਣ ਵਾਸਤੇ ਸਾਨੂੰ ਕਹਿਣਾ। ਅਤੇ ਮੇਰਾ ਖਿਆਲ ਹੈ ਸਭ ਤੋਂ ਵਧੀਆ ਇਹ ਹੁੰਦਾ ਕਿ ਐਗਜੈਕਟ ਗੱਲ ਦੱਸ ਦਿਓ ਕਿ ਆਹ ਹੋਇਆ ਸੀਗਾ, ਉਹਦੇ 'ਚ ਐਡਜੈਕਟਿਵ ਨਾ ਲਾਈ ਜਾਓ, ਹੈ ਨਾ। ਮੈਂ ਦੇਖ ਰਿਹਾ ਪੰਜਾਬੀ ਕਿੰਨੇ ਹੀ ਚੈਨਲ ਮੈਂ ਦੇਖਦਾ ਰਹਿੰਦਾ, ਵੱਡੀ ਖਬਰ ਵੱਡੀ ਖਬਰ ਵੱਡੀ ਖਬਰ ਤੋਂ ਅੱਗੇ ਕੁਛ ਹੈ ਨਹੀਂ ਤੁਹਾਡੇ ਕੋਲ, ਹੈ ਨਾ। ਅਤੇ ਉਹ ਲੈਂਗੁਏਜ ਨੂੰ ਇੱਥੇ ਸਾਨੂੰ ਥੋੜ੍ਹਾ ਜਿਹਾ ਗਰਾਊਂਡ ਦੀ ਲੈਂਗੁਏਜ ਜਿਹੜੀ ਹੋ ਰਹੀ ਹੈ, ਤੁਸੀਂ ਭੰਦੇਰ ਸਾਹਿਬ ਦੀ ਸ਼ਕਲ ਦੇਖੋ ਕੱਲ੍ਹ, ਉਹਨਾਂ ਦੇ ਪ੍ਰੈਸ ਇੰਟਰਵਿਊ ਦੇਖੋ, ਜਿਹੜੇ ਮੁੰਡੇ ਫੱਟੜ ਹੋਏ ਆ ਉਹਨਾਂ ਦੇ ਆਪਣੇ ਪੈਰ 'ਚ ਵੀ ਲੱਗੀ ਹੈ, ਉਹ ਸਾਰਾ ਦੇਖੋ, ਤੁਹਾਨੂੰ ਲੱਗਦਾ ਕਿ ਠੀਕ ਹੈ ਪੰਜਾਬ 'ਚ ਤਾਂ ਹੁੰਦਾ ਰਹਿੰਦਾ, ਇੰਨਾ ਵੱਡਾ ਨਹੀਂ ਹੋਇਆ ਕੁਛ ਅਜੇ। ਮਤਲਬ ਉਹ ਵੱਡਾ ਜਦੋਂ ਹੋਊਗਾ, ਜਦੋਂ ਫੋਰ ਐਗਜ਼ਾਮਪਲ ਜਦੋਂ ਟੈਂਕ ਹੀ ਲੈ ਆਉਣਗੇ ਇਹਨਾਂ ਦੇ ਉੱਤੇ, ਤਾਂ ਲਿਆ ਸਕਦੇ ਨੇ ਆਪਣਿਆਂ ਦੇ, ਆਪਣਿਆਂ ਦੇ ਟੈਂਕਸ ਜਿਹੜੇ ਨੇ ਪਹਿਲਾਂ, ਹੈ ਨਾ। ਜਦੋਂ ਕੁਚਲ ਦੇਣਗੇ ਸਾਰੇ ਸਟੇਜ ਨੂੰ, ਜਦੋਂ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਉਹਨੂੰ ਅਟੈਕ ਕਰ ਦੇਣਗੇ, ਉਦੋਂ ਫਿਰ ਆਪਾਂ ਕੀ ਕਹਾਂਗੇ ਜੇ ਆਪਾਂ ਇਸੇ ਨੂੰ ਹੀ ਵੱਡਾ ਕਹੀ ਜਾਂਦੇ ਹਾਂ ਤਾਂ। ਸੋ ਦੈਟ ਰਿਅਲਿਸਟਿਕ ਆਪਾਂ ਨੂੰ ਇੱਕ ਆਪਣਾ ਬੈਲੈਂਸ ਲੱਭਣਾ ਪੈਣਾ, ਇਹ ਸੰਘਰਸ਼ ਦੇ ਦੌਰਾਨ ਹੀ ਲੱਭਣਾ ਪੈਣਾ। So important, such an important point. Caller, sign al jur chukke sunan vichar. Sat Sri Akal, tusi on air ho? Sat Sri Akal, Ashmita ji, main Ajit Singh gal Fresno, California ta. Sat Sri Akal, Ajit ji, program de swagat, tuhade naal gal karke inna dinan baad khushi mehsoos ho rahi hai, kiddan ho? Bahut vadhiya ji, bahut vadhiya, assi ta tuhanu vekhde rahne, tuhade hamesha hi sukh mangde rahne haan, te ਤੁਹਾਨੂੰ ਦੱਸ ਦਿੰਦੇ ਹਾਂ ਕਿ ਵੀ ਤੁਸੀਂ ਬਹੁਤ ਚੰਗਾ ਕੰਮ ਹੋਣ ਦਾ ਲਾਈਵ ਆ ਟੀਵੀ ਤੇ। ਬਿਲਕੁਲ ਸਰ, ਬਿਲਕੁਲ ਤੁਸੀਂ ਲਾਈਵ ਹੋ। ਅੱਛਾ 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 ਜੀ, ਹਾਂਜੀ, ਦੱਸੋ ਦੱਸੋ ਅਜੀਤ ਜੀ, ਤੁਹਾਡਾ ਕੀ ਮੈਸੇਜ ਹੈ ਸਾਡੇ ਗੈਸਟ ਲਈ, ਸਾਡੇ ਵਿਊਅਰਸ ਲਈ? ਮੈਂ ਵਿਊਅਰਸ ਲਈ ਤਾਂ ਇਹ ਹੈ ਜੀ, ਵੇਖੋ ਜਿੱਥੇ ਵੀ ਪੰਜਾਬੀ ਹੈਗਾ ਜਾਂ ਕੋਈ ਵੀ ਭਾਰਤੀ ਹੈਗਾ, ਉਹ ਸਾਰਾ ਭਾਰਤ ਦਾ ਸੁੱਖ ਵੀ ਮੰਗਦਾ, ਪੰਜਾਬੀਆਂ ਦਾ ਸੁੱਖ ਵੀ ਮੰਗਦੇ ਆ, ਤੇ ਅਸੀਂ ਆਪਦੇ ਮੁਲਕ ਨੂੰ ਸਾਰੀ ਦੁਨੀਆਂ ਦੇ ਵਿੱਚ ਉੱਚਾ ਮੰਗਦੇ ਹਾਂ, ਤੇ ਉਹਨਾਂ ਨੂੰ ਕਾਮਯਾਬ ਮੰਗਦੇ ਆ। ਕੋਈ ਕਿਸੇ ਕੋਈ ਇਹਦੇ ਅਗੇਂਸਟ ਨਹੀਂ, ਕੋਈ ਅੱਤਵਾਦੀ ਨਹੀਂ, ਕੋਈ ਕੁਛ ਨਹੀਂ। ਇਸ ਗੌਰਮੈਂਟ ਨੂੰ ਸੋਚ ਲੈਣਾ ਚਾਹੀਦਾ ਕਿ ਜੋ ਲੋਕ ਮੰਗ ਰਹੇ ਆ ਜਿੰਦਗੀ ਮੁੱਕ ਜਾਂਦੀ ਆ, ਤੇ ਫਿਰ ਕਿਹੜਾ ਕਿ ਗੱਲ ਹੋਰ ਹੋ ਜਾਂਦੀ ਆ। ਇਹਨਾਂ ਨੂੰ ਕਾਨੂੰਨ ਇਹ ਰੱਦ ਕਰਕੇ ਸਾਰਿਆਂ ਦੇ ਮਨ ਜਿੱਤਣੇ ਚਾਹੀਦੇ ਆ। ਲੋਕ ਬਹੁਤ ਜ਼ਿਆਦਾ ਸਬਰ ਕਰ ਰਹੇ ਆ, ਇੰਡੀਆ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਰਹੀ ਆ ਚਾਰ ਚੁਫੇਰੇ। ਇੰਡੀਆ ਦੀ ਅੱਜ ਕੱਲ ਬਹੁਤ ਹੋ ਰਹੀ ਆ, ਇਹ ਇਹਨਾਂ ਨੂੰ ਇਹਨਾਂ ਦੇ ਹੱਥ ਦੇ ਵਿੱਚ ਆ। ਸਿਰਫ ਇੱਕ ਨਿੱਕੀ ਜਿਹੀ ਗੱਲ ਆ, ਕਾਨੂੰਨਾਂ ਨੂੰ ਕੈਂਸਲ ਕਰਕੇ ਸਾਰਿਆਂ ਦੀ ਰਾਏ ਨਾਲ ਫਿਰ ਲੈ ਆਉਣ, ਸਾਰੋ ਆਪੋ ਆਪਣੇ ਘਰਾਂ ਦੇ ਲਿਆਉਣ। ਇਹਨਾਂ ਨੂੰ ਜਨਤਾ ਦਾ ਸੋਚਣਾ ਚਾਹੀਦਾ ਕਿ ਸਾਡੀ ਜੀਵਨ ਕਿਵੇਂ ਚੰਗਾ ਹੋ ਸਕਦਾ, ਇਸ ਪਾਸੇ ਨੂੰ ਸੋਚ ਲਿਆਉਣ ਦੀ ਲੋੜ ਆ, ਨਾ ਕਿ ਟੱਕਰ ਵਾਲੇ ਪਾਸੇ ਨੂੰ। ਸਾਡੇ ਸਾਰਿਆਂ ਦੀ ਐਂਬੀਸ਼ਨ ਆ। ਬਿਲਕੁਲ, ਸਾਡੇ ਇਹਨਾਂ ਨੂੰ ਅਜੀਤ ਸਿੰਘ ਜੀ, ਥੈਂਕ ਯੂ ਸੋ ਮਚ ਤੁਹਾਡੇ ਮੈਸੇਜ ਲਈ। ਤੁਹਾਡੇ ਮੂੰਹੋਂ ਮੋਦੀ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ, ਸਾਡੀ ਤਾਂ ਇਹੀ ਉਮੀਦ ਹੈ। ਮੇਰੀ ਵੀ ਫੈਮਿਲੀ ਬਹੁਤ ਤਰਸ ਰਹੀ ਹੈ ਕਿ ਕਦੋਂ ਤੂੰ ਵਾਪਿਸ ਆਉਣਾ ਹੈ, ਤੇ ਆਈ ਐਮ ਸ਼ੋਰ ਮੈਂ ਤਾਂ ਚਲੋ ਇੱਥੇ ਕੰਮ ਲਈ ਆਈ ਹਾਂ, ਜੋ ਇੱਥੇ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਬੈਠੇ ਹੋਏ ਆ ਪ੍ਰੋਟੈਸਟ ਦੇ ਵਿੱਚ, ਉਹਨਾਂ ਦੀ ਵੀ ਪਰਿਵਾਰ, ਉਹਨਾਂ ਦੇ ਵੀ ਤੁਸੀਂ ਕਹਿ ਲਓ ਪਿਛੋਕੜ ਉਹਨਾਂ ਨੂੰ ਉਡੀਕਦਾ ਹੋਏਗਾ। ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਸ਼ਮਿਤਾ ਜੀ, ਮੈਂ ਅਮਰੀਕ ਸਿੰਘ ਪੰਨੂ ਬੋਲਦਾ, ਕੈਲੀਫੋਰਨੀਆ ਤੋਂ। ਸਤਿ ਸ਼੍ਰੀ ਅਕਾਲ, ਤੇ ਸਲੂਟ ਕਰਦੇ ਤੁਸੀਂ ਜਿਹੜੇ ਇੱਥੋਂ ਜਾ ਕੇ ਔਨ ਦੀ ਗਰਾਊਂਡ ਤੁਸੀਂ ਰਿਪੋਰਟ ਕਰ ਰਹੇ ਤੇ ਇਟਸ ਅਮੇਜ਼ਿੰਗ। ਅਸੀਂ ਇੱਥੇ ਬੈਠੇ ਸੁੱਖਦੇ ਹਾਂ ਵੀ ਪੰਜਾਬ ਵਿੱਚ ਕਿਸਾਨ ਜਿੱਤਣ, ਤੁਹਾਡੀ ਸੇਫਟੀ ਹੋਵੇ। ਅਸੀਂ ਫਿਜ਼ੀਕਲੀ ਇੱਥੇ ਹੈਗੇ ਹਾਂ, ਪਰ ਮਨ ਸਾਡੀਆਂ ਅਰਦਾਸਾਂ ਤੁਹਾਡੇ ਨਾਲ ਨੇ ਤੇ ਕਿਸਾਨਾਂ ਨਾਲ ਨੇ। ਗੁਰੂ ਮਾਰਗ ਕਿਰਪਾ ਕਰੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਤੁਹਾਡੇ ਸਪੋਰਟ ਲਈ। ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ? ਹੈਲੋ ਹੈਲੋ, ਹਾਂਜੀ, ਅਸ਼ਮਿਤਾ ਜੀ ਤੇ ਅਮਨਦੀਪ ਸੰਧੂ, ਦੋਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਦੱਸੋ ਹਾਂਜੀ ਤੇ ਬਸ ਤੁਹਾਡੇ ਬਾਰੇ ਤੇ ਜਿਵੇਂ ਉਹ ਕਾਲਰ ਨੇ ਦੱਸਿਆ ਏ ਸਾਨੂੰ ਸਾਰਿਆਂ ਦਾ ਹੀ ਦਿਲ ਨੂੰ ਮਤਲਬ ਹਰ ਵੇਲੇ ਸਾਨੂੰ ਇਹ ਨੀ ਲੱਗਦਾ ਅਸੀਂ ਇੱਥੇ ਬੈਠੇ ਆ ਸਾਨੂੰ ਐ ਲੱਗਦਾ ਅਸੀਂ ਵਿੱਚ ਹੀ ਆ ਹਾਂਜੀ ਤੇ ਬਸ ਮੇਰੀ ਹੁਣ ਰਿਕੁਐਸਟ ਹੀ ਹੈਗੀ ਆ ਸਾਰੇ ਭੈਣ ਭਰਾਵਾਂ ਨੂੰ ਹੀ ਕਿ ਜੇ ਪਾਰਟੀਆਂ ਵਾਲੇ ਚਾਹੇ ਉਹ ਆਮ ਪਾਰਟੀ ਆ ਚਾਹੇ ਕਾਂਗਰਸ ਆ ਤੇ ਚਾਹੇ ਅਕਾਲੀ ਦਲ ਆ ਕਿਉਂਕਿ ਸਾਰੇ ਖੇਤੀ ਦੇ ਨਾਲ ਜੁੜੇ ਹੋਏ ਆ ਹੁਣ ਆਪਾਂ ਸ਼ਾਂਤੀ ਦੇ ਨਾਲ ਧਰਨਾ ਚੱਲਿਆ ਸੀ ਚੱਲ ਗਿਆ ਏ ਅੱਗੇ ਪਾਰਟੀਆਂ ਨੇ ਹੁਣ ਅੱਜ ਉਹਨਾਂ ਨੇ ਪਾਰਲੀਮੈਂਟ ਹਾਊਸ ਦੇ ਵਿੱਚ ਜਦੋਂ ਉੱਥੇ ਰਾਸ਼ਟਰਪਤੀ ਜੀ ਆਏ ਆ ਸਾਰਿਆਂ ਨੇ ਬਾਈਕਾਟ ਕੀਤਾ ਮੈਨੂੰ ਬੜਾ ਚੰਗਾ ਲੱਗਿਆ ਏ ਕਿ ਇਹ ਇੱਕ ਦੀ ਲੜਾਈ ਨੀ ਗੀ ਇਹ ਜਨਤਾ ਹਰੇਕ ਜੀ ਦੀ ਲੜਾਈ ਹਰੇਕ ਪਾਰਟੀ ਦੀ ਲੜਾਈ ਹੈਗੀ ਆ ਤੇ ਸਾਨੂੰ ਇੱਕ ਦੂਜੇ ਤੇ ਬਿਲਕੁਲ ਤੂਮਤ ਨਹੀਂ ਲਾਉਣੀ ਚਾਹੀਦੀ ਕਿ ਆਹ ਪਾਰਟੀ ਦਾ ਆਏ ਆ ਪਿੱਛੇ ਆਹ ਹੋ ਗਿਆ ਪਿੱਛੇ ਨੂੰ ਭੁੱਲ ਕੇ ਉਹਨਾਂ ਨੂੰ ਅੱਗੇ ਇੱਕ ਮਤ ਹੋ ਜਾਣਾ ਚਾਹੀਦਾ ਮੇਰੀ ਦਿਲੋਂ ਪਰਮਾਤਮਾ ਅੱਗੇ ਵੀ ਅਰਦਾਸ ਆ ਤੇ ਸਭ ਦੇ ਅੱਗੇ ਵੀ ਹੱਥ ਜੋੜ ਕੇ ਅਰਦਾਸ ਆ ਕਿ ਅਸੀਂ ਤਾਂ ਹੀ ਅੱਗੇ ਵੱਧ ਸਕਦੇ ਹਾਂ ਸਾਡੀ ਪਰਮਾਤਮਾ ਸੁਣੂਗਾ ਇਹ ਸੱਚ ਦੀ ਲੜਾਈ ਆ ਤੇ ਸਾਨੂੰ ਇੱਕ ਦੂਜੇ ਭੈਣ ਭਰਾਵਾਂ ਦੇ ਪ੍ਰਤੀ ਕਿਤੇ ਵੀ ਕੁਛ ਨਹੀਂ ਕਹਿਣਾ ਚਾਹੀਦਾ ਜੋ ਕੋਈ ਕਰ ਰਿਹਾ ਜੋ ਵੀ ਕਰ ਰਿਹਾ ਹੈ ਉਹ ਪਤਾ ਨੀ ਆਪਣੇ ਜਾਣੇ ਬਹੁਤ ਅੱਛਾ ਹੀ ਕਰ ਰਿਹਾ ਹੈ ਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ ਸਾਰਿਆਂ ਨੇ ਜਿਨ੍ਹਾਂ ਨੇ ਸਾਨੂੰ ਇਹ ਮੈਸੇਜਸ ਦਿੱਤੇ ਤੇ ਹੋਰ ਵੀ ਕਾਲਰ ਸਾਡੇ ਨਾਲ ਜੁੜੇ ਹੋਏ ਹੈ ਅਮਨਦੀਪ ਸੰਧੂ ਜੀ ਜਰਨਲਿਸਟ ਰਾਈਟਰ ਜੋ ਇਸ ਚੀਜ਼ ਨੂੰ ਕਵਰ ਵੀ ਕਰ ਰਹੇ ਇਹਦੇ ਬਾਰੇ ਲਿਖ ਵੀ ਰਹੇ ਪੰਜਾਬ ਬਾਰੇ ਵੀ ਲਿਖਿਆ ਤੁਸੀਂ ਅਮਨਦੀਪ ਜੀ ਗੱਲ ਇਸ ਤਰ੍ਹਾਂ ਚਾਹੀਦੀ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ ਗਰਾਉਂਡ ਦੀ ਜੋ ਐਕੂਰੇਟ ਸਿਨੈਰੀਓ ਹੈ ਉਹਦੀ ਝਲਕ ਦਿੱਤੀ ਜਾਏ ਸੋ ਟਾਈਮ ਕਰਕੇ ਉਹ ਲਾਈਵ ਨਹੀਂ ਤੁਹਾਡੇ ਨਾਲ ਜ਼ਿਆਦਾਤਰ ਪੇਸ਼ ਕਰ ਸਕਦੇ ਬਟ ਹੀਰ ਐਂਡ ਦੇਰ ਮੌਕਾ ਮਿਲਦਾ ਹੈ ਜਿੱਦਾਂ ਸਕਾਈਪ ਤੇ ਤੁਹਾਡੇ ਨਾਲ ਜੁੜੇ ਹਾਂ ਤੇ ਕਾਲਾਂ ਵੀ ਲੈ ਰਹੇ ਹਾਂ ਤੁਹਾਡੇ ਨਾਲ ਗੱਲ ਕਰਨ ਦਾ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਯਾਦ ਆਉਂਦੀ ਹੈ ਕਿ ਜਿੱਦਾਂ ਨਿਊਯਾਰਕ ਦੇ ਵਿੱਚ ਸਟੂਡੀਓ ਤੋਂ ਬਹਿ ਕੇ ਸ਼ੋ ਕਰਦੀ ਸੀ ਸੋ ਉਹ ਵੀ ਹੋਏਗਾ ਛੇਤੀ ਹੋਏਗਾ ਬਟ ਇਨ ਐਨੀ ਕੇਸ ਅੱਜ ਸਾਡੇ ਨਾਲ ਬਹੁਤ ਹੀ ਮੈਂ ਕਹਾਂਗੀ ਇੱਕ ਅਪਰੋਪਰੀਏਟ ਤੇ ਰੈਲੇਵੈਂਟ ਗੈਸਟ ਜੁੜੇ ਹਨ ਅਮਨਦੀਪ ਸੰਧੂ ਜੀ ਰਾਈਟਰ ਔਥਰ ਪੰਜਾਬ ਨੂੰ ਪਿਆਰ ਕਰਨ ਵਾਲੇ ਜਿਸ ਤਰ੍ਹਾਂ ਤੁਸੀਂ ਕਿਹਾ ਪੰਜਾਬ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੇ ਸ਼ਬਦਾਂ 'ਚ ਵੱਸਦਾ ਹੈ ਤੁਹਾਡੀ ਰਾਈਟਿੰਗ 'ਚ ਵੱਸਦਾ ਹੈ ਅਮਨਦੀਪ ਜੀ ਤੁਸੀਂ ਰੀਸੈਂਟਲੀ ਇੱਕ ਆਰਟੀਕਲ ਲਿਖਿਆ ਸੀ ਆਈ ਥਿੰਕ ਜਨਵਰੀ 13 ਦਾ ਉਹ ਆਰਟੀਕਲ ਹੈ 26 ਤੋਂ ਪਹਿਲੇ ਕੈਰਾਵੈਨ ਮੈਗਜ਼ੀਨ ਦੇ ਵਿੱਚ ਏਕਤਾ ਬਾਰੇ ਇਸ ਮੋਰਚੇ ਦੇ ਵਿੱਚ ਕਿਸ ਤਰ੍ਹਾਂ ਦੀ ਏਕਤਾ ਵੇਖਣ ਨੂੰ ਮਿਲ ਰਹੀ ਹੈ ਭਾਵੇਂ ਉਹ ਅਕਰੋਸ ਪੋਲੀਟੀਕਲ ਲਾਈਨਸ ਹੋਏ ਅਕਰੋਸ ਜੈਂਡਰ ਅਕਰੋਸ ਜਨਰੇਸ਼ਨਸ ਮਾਈਂਡਸੈਟਸ ਹੈ ਨਾ ਰਿਲੀਜਨ ਸਟੇਟਸ ਇਹ ਸਾਰੀ ਚੀਜ਼ਾਂ ਨੂੰ ਪਾਰ ਕਰਕੇ ਇੱਕ ਤਰ੍ਹਾਂ ਦੀ ਏਕਤਾ ਵੇਖਣ ਨੂੰ ਮਿਲ ਰਹੀ ਹੈ ਬਟ ਅਫਕੋਰਸ 26 ਨੇ ਸਾਰੀ ਚੀਜ਼ਾਂ ਨੂੰ ਥੋੜਾ ਜਿਹਾ ਚੇਂਜ ਕਰਕੇ ਰੱਖਤਾ ਹੈ ਨਾ ਤੇ ਵਾਂਸ ਅਗੇਨ ਜੋ ਸਾਡੇ ਵਿਊਅਰਸ ਅਬਰੋਡ ਵੇਖ ਰਹੇ ਸਾਨੂੰ ਉਹਨਾਂ ਦੀ ਜਾਣਕਾਰੀ ਲਈ ਤੁਸੀਂ ਇਸ ਚੀਜ਼ ਨੂੰ ਇੱਕ ਪੱਤਰਕਾਰ ਦੇ ਲੈਂਸ ਥਰੂ ਵੇਖ ਸਕਦੇ ਹੋ ਸੋ ਤੁਹਾਨੂੰ ਸਿਚੁਏਸ਼ਨ ਨੂੰ ਪੜ੍ਹਨਾ ਆਉਂਦਾ ਹੈ ਤੁਸੀਂ ਕੀ ਕਮੈਂਟ ਦੇ ਸਕਦੇ ਹੋ ਇਸ ਏਕਤਾ ਤੇ ਇਸ ਯੂਨਿਟੀ ਤੇ 26 ਤੋਂ ਬਾਅਦ ਕਿਸ ਤਰ੍ਹਾਂ ਦਾ ਇੰਪੈਕਟ ਪਿਆ ਦੇਖੋ ਪਹਿਲਾਂ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਝੰਡਾ ਸਿੱਖ ਝੰਡਾ ਨਿਸ਼ਾਨ ਸਾਹਿਬ ਜਾਂ ਕਿਸਾਨੀ ਦਾ ਝੰਡਾ ਜਾਂ ਇੱਕ ਦੋ ਹੋਰ ਸੰਗਠਨਾਂ ਦਾ ਝੰਡਾ ਵੀ ਉੱਥੇ ਲਾਲ ਕਿਲੇ 'ਤੇ ਫਹਿਰਾਉਣਾ ਕੋਈ ਗਲਤ ਗੱਲ ਨਹੀਂ ਸੀ ਲਾਲ ਕਿਲਾ ਕੋਈ ਗੌਰਮੈਂਟ ਦੀ ਬਿਲਡਿੰਗ ਨਹੀਂ ਹੈਗੀ ਲਾਲ ਕਿਲਾ ਦਾ ਸਮਾਂ ਐਕਚੁਅਲੀ ਕਾਰਪੋਰੇਟ ਨੂੰ ਦੇ ਦਿੱਤੀ ਜੇ ਉਹ ਨੈਰੇਟਿਵ ਫੜ ਲੈਂਦੇ ਨਾ ਉਦੋਂ ਹੀ ਕਿ ਅਸੀਂ ਤਾਂ ਜੀ ਲਾਲ ਕਿਲਾ ਨੂੰ ਕਾਰਪੋਰੇਟਾਂ ਤੋਂ ਅਲੱਗ ਕਰ ਰਹੇ ਹਾਂ ਅਸੀਂ ਆਪਣੇ ਲੋਕਾਂ ਦਾ ਹੱਕ ਜਿਤਾ ਰਹੇ ਹਾਂ ਇਸ 'ਤੇ ਉਹ ਕਿੰਨਾ ਸੋਹਣਾ ਨੈਰੇਟਿਵ ਹੋਣਾ ਸੀਗਾ ਹੈਨਾ ਪਰ ਉਹ ਗੋਦੀ ਮੀਡੀਆ ਉਹਨੂੰ ਟਰਨ ਕਰਨਾ ਚਾਹੁੰਦਾ ਹੁੰਦਾ ਹਰ ਚੀਜ਼ ਨੂੰ ਖਾਲਿਸਤਾਨ ਵੱਲ ਨੂੰ ਹੈਨਾ ਤੇ ਇਹ ਬਿਲਕੁਲ ਹੀ ਕਲੀਅਰ ਹੈ ਕਿ ਇਹ ਇੱਕ ਗੇਮ ਖੇਡੀ ਗਈ ਤੇ ਕੁਛ ਇੱਕ ਯੂਨੀਅਨ ਤੇ ਕੁਛ ਲੋਕ ਇਹਦੇ ਵਿੱਚ ਫਸ ਗਏ ਕਿਉਂਕਿ ਦੇਖੋ ਆਪਣਾ ਮੁੱਦਾ ਕਿਸਾਨੀ ਹੈ ਆਪਾਂ ਨੂੰ ਕਿਸਾਨੀ 'ਤੇ ਫੋਕਸ ਰਹਿਣਾ ਚਾਹੀਦਾ ਜੇ ਆਪਾਂ ਟਰੈਕਟਰ ਮਾਰਚ ਦਾ ਕੀਤਾ ਸੀਗਾ ਕਿ ਆਪਾਂ ਦਿੱਲੀ ਦੇ ਅੰਦਰੋਂ ਕੱਢਣਾ ਤੇ ਸਾਰੇ ਯੂਨੀਅਨਾਂ ਨੂੰ ਇਕੱਠੇ ਹੋ ਕੇ ਦਿੱਲੀ ਦੇ ਅੰਦਰੋਂ ਹੀ ਕੱਢਣਾ ਚਾਹੀਦਾ ਸੀਗਾ ਕਿਉਂ ਭਾਈ ਕਿਉਂ ਇਸ ਦੇਸ਼ ਵਿੱਚ ਕਿਸਾਨ ਦੀ ਪਹਿਚਾਣ ਨਹੀਂ ਹੈਗੀ ਕਿਸਾਨਾਂ ਨੇ ਤਾਂ ਦੇਸ਼ ਬਣਾਇਆ ਤੁਹਾਡਾ
ਦੇਸ਼ ਨਹੀਂ ਬਣਾਇਆ ਕਿਸਾਨਾਂ ਨੇ ਤਾਂ ਸੱਭਿਆ ਸਾਰੀ ਸਿਵਲਾਈਜੇਸ਼ਨ ਹੀ ਬਣਾਈ ਹੈ ਸਾਡੀ। ਜੇ ਕਿਸਾਨੀ ਨਾ ਹੁੰਦੀ, ਐਗਰੀਕਲਚਰ ਨਾ ਹੁੰਦਾ, ਆਪਾਂ ਕਿੱਥੇ ਹੁੰਦੇ, ਹੈ ਨਾ। ਅਤੇ ਇਹਦੇ 'ਚ ਪਤਾ ਨਹੀਂ ਕਿਉਂ ਸੰਯੁਕਤ ਕਿਸਾਨ ਮੋਰਚੇ ਨੇ ਨਵਾਂ ਰੂਟ ਮੰਨਿਆ, ਪਤਾ ਨਹੀਂ ਕਿਉਂ ਜਦੋਂ ਇੱਕ ਗਰੁੱਪ ਨੇ ਕਿਹਾ ਕਿ ਅਸੀਂ ਤਾਂ ਜੀ ਪੁਰਾਣੇ ਰੂਟ 'ਤੇ ਜਾਣਾ, ਤਾਂ ਉਹਨਾਂ ਦੇ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ, ਆਪਸ ਵਿੱਚ ਸੋਲਵ ਕਰ ਲੈਂਦੇ ਉਸ ਗੱਲ ਨੂੰ, ਹੈ ਨਾ। ਪਰ ਫਿਰ ਵੀ ਜੋ ਵੀ ਹੋ ਗਿਆ ਉਹਦੇ ਵਿੱਚ ਕੁਛ ਗਲਤ ਨਹੀਂ ਹੈਗਾ। ਖਾਲਿਸਤਾਨ ਦਾ ਤਾਂ ਕੋਈ ਫਲੈਗ ਹੈ ਹੀ ਨਹੀਂ ਦੁਨੀਆ ਵਿੱਚ। ਦੇਖੋ, ਇੱਕ ਫਲੈਗ ਬਣਨ ਵਾਸਤੇ ਨਾ ਇੱਕ ਲੈਜੀਟੀਮੇਸੀ ਮਿਲਦੀ ਹੈ ਫਲੈਗ ਨੂੰ, ਇੱਕ ਆਰਗਨਾਈਜੇਸ਼ਨ, ਇੱਕ ਸਟੇਟ, ਇੱਕ ਉਹਨੂੰ ਕਹਿੰਦੀ ਹੈ ਕਿ ਹਾਂਜੀ ਆਹ ਸਾਡਾ ਫਲੈਗ ਹੈ। ਉਹ ਇੱਕ ਮੂਵਮੈਂਟ ਹੋਈ ਸੀ ਜਿਹੜੀ ਮੇਰੇ ਵਾਸਤੇ ਪਰਸਨਲੀ ਨੋਨ ਮੂਵਮੈਂਟ ਹੈ, ਜਿਹਦੇ ਵਿੱਚ ਬਹੁਤ ਘਾਣ ਹੋਇਆ ਪੰਜਾਬ ਦਾ, ਹੈ ਨਾ। ਅਸੀਂ ਇੰਨਾ ਅਸੀਂ ਰੁਲੇ ਉਸ ਕਰਕੇ, ਅਤੇ ਉਹਦੇ ਅਨਾਜ ਲੈ ਕੇ ਸਟੇਟ ਜਦੋਂ ਮਰਜ਼ੀ ਤੁਹਾਡੇ 'ਤੇ ਥੋਪਦੀ ਹੈ, ਤੁਸੀਂ ਡਿਫੈਂਸਿਵ ਹੋ ਜਾਂਦੇ ਹੋ। ਭਾਈ, ਇਹ ਲੜਾਈ ਹੀ ਸਾਰੀ ਅਫੈਂਸਿਵ ਵਾਲੀ ਹੈਗੀ ਹੈ। ਜੇ ਤੁਸੀਂ ਜਾ ਕੇ ਕਿਸੇ ਦੇ ਕਹਿ ਰਹੇ ਹੋ ਕਿ ਤੂੰ ਵਾਪਸ ਲੈ ਆਪਣੇ ਕਾਨੂੰਨ, ਤੁਸੀਂ ਨੈਗੋਸ਼ੀਏਟ ਕਰਨ ਨਹੀਂ ਗਏ ਹੋ। 60 ਦਿਨ ਤੁਸੀਂ ਉੱਥੇ ਬੈਠੇ ਰਹੇ, ਤੁਸੀਂ ਕੋਈ ਨੈਗੋਸ਼ੀਏਸ਼ਨ ਨਹੀਂ। ਅਸੀਂ ਹੁਣ ਇੱਥੇ ਨੂਣ ਚੀਨੀ ਖਰੀਦਣ ਨਹੀਂ ਆਏ, ਅਸੀਂ ਲਾਅ ਵਾਪਸ ਕਰਾਉਣ ਆਏ। ਆਹ ਸੀ ਸਾਡਾ ਮੁੱਦਾ। ਅਤੇ ਉਵੇਂ ਹੀ ਅਸੀਂ ਕਿਸਾਨ ਹਾਂ ਇਸ ਦੇਸ਼ ਦੇ, ਸਾਡਾ ਅਧਿਕਾਰ ਹੈਗਾ ਇੱਥੇ ਮਾਰਚ ਕਰਨ ਦਾ, ਅਸੀਂ ਕਰਾਂਗੇ। ਗੌਰਮੈਂਟ ਜਿਵੇਂ ਮਰਜ਼ੀ ਅਰੇਂਜ ਕਰੇ ਉਸ ਨੂੰ। ਪਰ ਆਹ ਗੇਮ ਖੇਡੀ ਗਈ ਹੈ ਕਿ ਆਹ ਲਾਲ ਕਿਲੇ ਜਾ ਕੇ ਫਸਾ ਤਾ ਲੋਕਾਂ ਨੂੰ। ਐਕਚੁਅਲੀ ਤੁਸੀਂ ਦਿੱਲੀ ਸੜਕਾਂ ਦੇਖੋ ਨਾ, ਲਾਲ ਕਿਲਾ ਪਹੁੰਚਣਾ ਕੋਈ ਸੌਖਾ ਨਹੀਂ ਹੈਗਾ। ਇੱਕ ਟਾਈਮ 'ਤੇ ਸ਼ਾਹਜਹਾਨਾਬਾਦ ਸੀ, ਇੱਕ ਟਾਈਮ 'ਤੇ ਲਾਲ ਕਿਲਾ ਸਭ ਤੋਂ ਅਹਿਮ ਬਿਲਡਿੰਗ ਸੀ, ਮਤਲਬ 3 ਸਦੀਆਂ ਪਹਿਲਾਂ ਉਹ ਸੜਕ ਬਹੁਤ ਇੰਪੋਰਟੈਂਟ ਸੜਕ ਸੀ। ਪਰ ਹੁਣ ਤਾਂ ਜੀ ਟੀ ਰੋਡ ਬਾਹਰੋਂ ਕੱਢਤੀ ਹੈ। ਅਤੇ ਤੁਸੀਂ ਸੋਚੋ, ਆ ਸਾਰੇ ਜਿੰਨੇ ਲੋਕ ਆਏ, ਮਤਲਬ ਕਹਿੰਦੇ ਨੇ 7-9 ਲੱਖ ਲੋਕ ਆਏ ਸੀਗੇ, ਅਤੇ ਕਰੀਬ 1.5 ਲੱਖ ਟਰੈਕਟਰ ਚੱਲਿਆ ਉਸ ਦਿਨ। ਅਤੇ ਇਹਨਾਂ 'ਚੋਂ ਬਹੁਤੇ ਤਾਂ ਅੰਦਰ ਨਹੀਂ ਆਏ, ਪਰ ਜਿੰਨੇ ਵੀ ਆਏ ਸੀ ਨਾ, ਇਹ ਦਿੱਲੀ ਨਾਲ ਇੰਨੇ ਅਵਗਤ ਨਹੀਂ ਹੈਗੇ ਲੋਕ। ਇਹਨਾਂ ਨੂੰ ਦਿੱਲੀ ਬਾਰੇ ਪਤਾ ਨਹੀਂ ਹੈਗਾ, ਦਿੱਲੀ ਦੇ ਸੜਕਾਂ ਦਾ ਜਾਲ ਨਹੀਂ ਪਤਾ। ਉਹਨਾਂ ਨੂੰ ਵਰਗਲਾਇਆ ਗਿਆ, ਉਹਨਾਂ ਨੂੰ ਪੁਲਿਸ ਨੇ ਸਾਜਿਸ਼ ਕੀਤੀ, ਪੂਰੀ ਤਰ੍ਹਾਂ ਦਿਖ ਰਿਹਾ ਕਿ ਉਹਨਾਂ ਨੂੰ ਅੰਦਰ ਪਾ ਦਿੱਤਾ ਜਾਵੇ ਅੰਦਰਲੀ ਰੋਡ 'ਤੇ, ਤਾਂ ਕਿ ਉਹ ITO ਫਸ ਜਾਣ, ਉੱਥੇ ਕੁੱਟ ਪਵੇ, ਗੁੱਸਾ ਚੜੇ, ਫਿਰ ਲਾਲ ਕਿਲੇ 'ਤੇ ਜਾਣ, ਫਿਰ ਉੱਥੇ ਕੋਈ ਇਹੋ ਜਿਹੀ ਹਰਕਤ ਕਰ ਦੇ। ਅਤੇ ਮੈਨੂੰ ਲੱਗਦਾ ਸੰਯੁਕਤ ਕਿਸਾਨ ਮੋਰਚੇ ਨੂੰ ਇਹ ਮੌਕਾ ਸੰਭਾਲਣਾ ਚਾਹੀਦਾ। ਇੱਕ ਤਾਂ ਜਿਹੜੀ ਸੰਘਰਸ਼ ਕਮੇਟੀ ਅਲੱਗ ਹੋਈ ਹੈ, ਉਹਨੂੰ ਨਾਲ ਲੈ ਲਓ ਦੁਬਾਰਾ, ਹੈ ਨਾ, ਕਿਉਂਕਿ ਆਪਾਂ ਨੂੰ ਆਪਣੀ ਯੂਨਿਟੀ ਰੱਖਣੀ ਬਹੁਤ ਇੰਪੋਰਟੈਂਟ ਹੈ ਇਸ ਵੇਲੇ। ਜੀ ਬਿਲਕੁਲ ਅਮਨਦੀਪ ਜੀ, ਇੱਥੇ ਇਹ ਵੀ ਗੱਲ ਇੱਕ ਕਹਿਣੀ, ਬਾਰ ਬਾਰ ਲੋਕਾਂ ਨੂੰ ਰਿਮਾਇੰਡ ਕਰਾਉਣਾ ਜ਼ਰੂਰੀ ਹੈ, ਬਿਕੋਜ਼ ਇਹ ਚੀਜ਼ ਆਪਾਂ ਅਮੈਰੀਕਾ ਕੈਨੇਡਾ ਜਾ ਕੇ ਸਾਨੂੰ ਇਹ ਜਿੱਦਾਂ ਕਹਿੰਦੇ ਨਾ, ਵੀ ਫਰਗੈਟ ਕਿ ਸਾਡੀ ਡਿਪੈਂਡੈਂਸ ਇੰਟਰਨੈਟ 'ਤੇ, ਗੂਗਲ 'ਤੇ, ਸੈੱਲਫੋਨ ਨੈਟਵਰਕ 'ਤੇ ਇੰਨੀ ਜ਼ਿਆਦਾ ਭਾਰੀ ਹੋ ਜਾਂਦੀ ਹੈ। ਸਾਨੂੰ ਇਹ ਯਾਦ ਨਹੀਂ ਰਹਿੰਦਾ ਕਿ ਹਲੇ ਵੀ ਅਗਰ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਇੱਥੇ ਇਹ ਨੋਰਮਲ ਹੈ ਕਿ ਤੁਹਾਡਾ ਨੈਟਵਰਕ, ਤੁਹਾਡਾ ਵਾਈਫਾਈ, ਤੁਹਾਡਾ ਸੈੱਲਫੋਨ ਦਾ ਐਕਸੈਸ ਬੰਦ ਕੀਤਾ ਜਾਏ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ। ਤੇ 26 ਨੂੰ ਵੀ ਇਹ ਹੋਇਆ, ਇਹ ਚੀਜ਼ ਮੈਂ ਖੁਦ ਐਕਸਪੀਰੀਅੰਸ ਕੀਤੀ ਹੈ, ਮੈਂ ਸਿਰਫ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਰਹੀ ਹਾਂ। 26 ਦੇ ਆਫਟਰਨੂਨ, ਲੇਟ ਆਫਟਰਨੂਨ ਦੇ ਵਿੱਚ 3-4 ਵਜੇ ਦੇ ਕਰੀਬ ਨੈਟਵਰਕਸ ਡਾਊਨ ਕੀਤੇ ਗਏ, ਕਮਿਊਨੀਕੇਸ਼ਨ ਵਾਜ਼ ਆਫ। ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਅਗਰ ਕੋਈ ਦਿੱਲੀ ਤੋਂ, ਪੰਜਾਬ ਤੋਂ ਆਇਆ, ਹਰਿਆਣਾ ਤੋਂ, ਕਿਸੇ ਵੀ ਹੋਰ ਸਟੇਟ ਤੋਂ ਆਇਆ ਖਾਸ ਮੋਰਚੇ ਲਈ, ਜਾਂ ਪਹਿਲੇ ਦਾ ਵੀ ਆਇਆ ਹੋਇਆ, ਉਹਨਾਂ ਨੂੰ ਨਈ ਦਿੱਲੀ ਦੀ ਰੋਡਸ ਦਾ ਪਤਾ, ਉਸ ਜਾਲ ਦਾ ਪਤਾ, ਤੁਹਾਡੇ ਕੋਲ ਐਕਸੈਸ ਇੰਟਰਨੈਟ ਦਾ ਨਹੀਂ ਹੈ, ਗੂਗਲ ਦਾ ਨਹੀਂ ਹੈ, ਤੁਸੀਂ ਆਪਣੇ ਸਾਥੀਆਂ ਨਾਲ ਕਨੈਕਟ ਨਹੀਂ ਕਰ ਸਕਦੇ, ਤੇ ਕਨਫਿਊਜ਼ਨ ਤਾਂ ਡੈਫੀਨੇਟਲੀ ਬਹੁਤ ਵੱਡੇ ਲੈਵਲ ਤੇ ਵੇਖਣ ਨੂੰ ਮਿਲਿਆ। ਕੁਝ ਕਾਲਰ ਸਾਡੇ ਨਾਲ ਜੁੜ ਚੁੱਕੇ। ਸਤਿ ਸ੍ਰੀ ਅਕਾਲ, ਤੁਸੀਂ ਆਨ ਏਅਰ ਹੋ। ਹਾਂਜੀ, ਸਤਿ ਸ੍ਰੀ ਅਕਾਲ ਸ਼ਮਿਤਾ ਜੀ, ਡਾਕਟਰ ਬਾਜਵਾ ਫਰਾਮ ਚਿਕਾਗੋ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਹੈ? ਹਾਂ ਠੀਕ ਹੈ ਜੀ, ਦੱਸੋ। ਮੈਂ ਅੱਜ ਇੱਕ ਬੜੀ ਆਪਣੀ ਇਸ ਫਾਰਮਰ ਐਜੂਕੇਸ਼ਨ ਦੇ ਨਾਲ ਤੇ ਜੋ ਉੱਥੇ ਸਪੈਸ਼ਲੀ ਸਿੱਖਾਂ ਨਾਲ ਹੋ ਰਿਹਾ ਜਾਂ ਫਾਰਮਰਸ ਨਾਲ ਹੋ ਰਿਹਾ, ਮੈਂ ਔਰ ਸਰਦਾ ਵੀ ਲੋਕ ਸੁਣ ਜੀ। ਹੈਲੋ, ਹਾਂਜੀ ਹਾਂਜੀ। ਹਾਂ, ਮੈਂ ਪਿਛਲੀਆਂ 3 ਜਨਰੇਸ਼ਨ ਤੋਂ ਇੱਕ ਸਵਾਲ, ਜਿਹੜਾ ਮੇਰਾ ਵੱਡਾ ਬ੍ਰਦਰ ਚਲੋ ਉਹਨੂੰ ਸੰਭਾਲ ਸੀ ਜਦੋਂ ਪਾਕਿਸਤਾਨ ਬਣਿਆ, ਤੇ ਉਹ ਮੇਰੇ ਫਾਦਰ ਨੂੰ ਪੁੱਛਦਾ ਸੀ ਕਿ ਅਸੀਂ ਆਪਣਾ ਘਰ ਛੱਡ ਕੇ ਕਿਉਂ ਜਾ ਰਹੇ ਹਾਂ ਜੀ। ਔਰ ਉਹ ਮੈਂ ਜਦੋਂ ਮੈਂ ਵੱਡਾ ਹੋਇਆ ਤੇ ਸਾਡੀਆਂ ਇੱਕ ਵਾਰੀ 60 ਦੇ ਵਿੱਚ ਕੰਬਾਈਨ ਪੰਜਾਬ ਸੀ, ਸਾਡੀਆਂ ਕਿਤਾਬਾਂ ਬਦਲ ਗਈਆਂ, ਕਿਉਂਕਿ ਅਸੀਂ ਪਹਿਲਾਂ ਪੰਜਾਬੀ ਅਸਾਰ ਦੇ ਵਿੱਚ ਵੀ ਪੜ੍ਹਦੇ ਸੀ,
ਮੈਂ ਆਪਣੇ ਡੈਡੀ ਨੂੰ ਪੁੱਛਿਆ ਵੀ ਸਾਡੀਆਂ ਕਿਤਾਬਾਂ ਕਿਉਂ ਬਦਲ ਗਈ। ਉਹਨਾਂ ਮੈਨੂੰ ਸਮਝਾਇਆ ਕਿਵੇਂ ਆ, ਮੇਰੇ ਸਮਝ ਨੀ ਆਇਆ। ਦੁਬਾਰਾ ਜਦੋਂ ਮੇਰੇ ਡੈਡੀ ਦੇ ਘਰ ਨੂੰ ਹਰਟ ਕੀਤਾ ਗਿਆ 84 ਚ, ਉਦੋਂ ਮੈਂ ਇੱਥੇ ਸੀ, ਉਹ ਮੈਂ ਫਿਰ ਡੈਡੀ ਨੂੰ ਸਵਾਲ ਪੁੱਛਿਆ ਵੀ ਇਹ ਤੁਹਾਡੇ ਘਰ ਕਿਉਂ ਟਾਉਂਦੇ। ਹੁਣ ਮੈਂ ਅੱਜ ਮੇਰਾ ਸਨ 31 ਈਅਰਸ ਓਲਡ, ਉਹ ਕਹਿੰਦਾ ਵੀ ਡੈਡੀ ਵੀ ਆਪਾਂ ਫਾਰਮਰਸ ਆ, ਜੱਟ ਆ, ਸਾਡੇ ਨਾਲ ਇਹ ਕਿਉਂ ਇਵੇਂ ਇਹ ਕਰ ਰਹੇ ਹਾਂ। ਪਰ ਮੇਰੀ ਗ੍ਰੈਂਡ ਡਾਟਰ ਹੈ ਜਿਹੜੀ 19 ਸਾਲ ਦੀ ਹੈ, ਉਹ ਆਪਣੇ ਪੇਰੈਂਟਸ ਨੂੰ ਪੁੱਛਦੀ ਹੈ ਵੀ ਸਿੱਖਾਂ ਨੂੰ ਵੀ ਕੀ ਵੀ ਸਾਨੂੰ ਇਹ ਕਿਉਂ ਇਵੇਂ ਹੈਰਾਨ ਪਰੇਸ਼ਾਨ ਕਰਦੇ ਹੈ। ਸੋ ਮੈਂ ਪੁੱਛਣਾ ਚਾਹੁੰਦਾ, ਅਸੀਂ ਉੱਥੋਂ ਦੇ ਸਿਟੀਜ਼ਨ ਆ, ਉੱਥੋਂ ਆਏ, ਅਸੀਂ ਇੱਥੇ ਆਏ ਹਾਂ, ਵੀ ਮੇਕ ਏ ਵੈਰੀ ਗੁੱਡ ਨੇਮ ਫਾਰ ਇੰਡੀਆ ਅਬਰਾਡ। ਔਰ ਇਹ ਜਿਹੜੀ ਉੱਥੋਂ ਦੀ ਗੌਰਮੈਂਟ ਆ, ਹਰ 15 ਸਾਲਾਂ ਦੇ ਬਾਅਦ ਇਹ ਸਿੱਖਾਂ ਨੂੰ, ਜਿਹੜੇ ਕੋਈ ਅਸੀਂ ਕੋਈ ਕ੍ਰਿਮੀਨਲ ਨਹੀਂ ਗੇ, ਵੀ ਆਰ ਹਾਰਡ ਵਰਕਰ ਪੀਪਲ, ਔਰ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਉਦੋਂ ਸਾਡੇ ਗੁਰਦੁਆਰਿਆਂ ਜਾ ਕੇ ਪੱਗਾਂ ਬੰਨ ਲੈਂਦੇ ਆ, ਇਹ ਕਿਰਪਾਨਾਂ ਆਪਣੇ ਹੱਥ ਚ ਫੜ ਕੇ ਉਹ ਆਪਣੇ ਮੱਥੇ ਨੂੰ ਲਾਉਂਦੇ ਆ। ਬਈ ਕੀ ਡਰਾਮਾ ਹੈ? ਅਰੇ ਇਹ ਮੋਦੀ ਸਾਹਿਬ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹਨਾਂ ਲੋਕਾਂ ਦੀ ਇਹ ਜਸਟ ਡਿਮਾਂਡ ਹੈ, ਇਹ ਐਜੀਟੇਸ਼ਨ ਖਤਮ ਨਹੀਂ ਹੋਏਗੀ। ਮੈਂ ਥੋੜਾ ਨਹੀਂ, ਕੋਈ ਗੱਲ ਨਹੀਂ ਡਾਕਟਰ ਸਾਹਿਬ, ਬੰਦਾ ਤੁਹਾਡਾ ਬਿਲਕੁਲ ਬੰਦਾ ਹੈ। ਆਈ ਅਪਰੀਸ਼ੀਏਟ ਯੂਰ ਸੈਂਟੀਮੈਂਟ, ਐਂਡ ਤੁਸੀਂ ਇੰਨੀ ਵਧੀਆ ਤਰੀਕੇ ਨਾਲ ਸਾਨੂੰ ਹਿਸਟੋਰੀਕਲ ਪਰਸਪੈਕਟਿਵ ਦਿੱਤਾ। ਅਮਨਦੀਪ ਜੀ, ਸਵਾਲ ਤਾਂ ਕਮੈਂਟ ਤਾਂ ਬਹੁਤ ਡੂੰਘਾ ਹੈ ਡਾਕਟਰ ਬਾਜਵਾ ਦਾ, ਪਰ ਤੁਸੀਂ ਪੰਜਾਬ ਦੇ ਉੱਤੇ ਬਹੁਤ ਜ਼ਿਆਦਾ ਰਿਸਰਚ ਤੇ ਰਾਈਟਿੰਗਸ ਕੀਤੀਆਂ, ਤੁਹਾਡੀ ਬੁੱਕ ਵੀ ਇਹਦੇ ਤੇ ਹੈ, ਇਟਸ ਫੋਲਟ ਲਾਈਨਸ ਤੇ ਹੈਗੀ, ਤੁਹਾਡਾ ਕੀ ਖਿਆਲ ਹੈ ਕਿਉਂ ਇੱਦਾਂ ਬਾਰ ਬਾਰ ਪੰਜਾਬ ਜਾਂ ਸਿੱਖਾਂ ਨੂੰ, ਪੰਜਾਬੀਆਂ ਨੂੰ ਇਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ? ਜਦੋਂ ਇੱਕ NRI ਹੋਣ ਦੇ ਨਾਤੇ, ਆਈ ਲਿਵ ਅਬਰੋਡ, ਮੈਨੂੰ ਪਤਾ ਕਿ ਅਮਰੀਕਾ ਦੇ ਵਿੱਚ ਖਾਸ ਕਰਕੇ ਸਿੱਖਾਂ ਦੀ ਕਿੰਨੀ ਰਿਸਪੈਕਟ ਹੈ, ਕਿੰਨਾ ਉਹਨਾਂ ਨੇ ਨਾਂ ਰੋਸ਼ਨ ਕੀਤਾ ਹੈ ਇੰਡੀਆ ਦਾ। ਨਹੀਂ ਦੇਖੋ, ਬਿਲਕੁਲ ਹੈ, ਇਹਨਾਂ ਸਵਾਲਾਂ ਨਾਲ ਮੈਂ ਵੀ ਤੰਗ ਸੀਗਾ, ਤਾਂਹੀਓ ਮੈਂ ਜਾ ਕੇ ਸਮਝਣ ਦੀ ਕੋਸ਼ਿਸ਼ ਕੀਤੀ, ਪੰਜਾਬ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਦੇ ਬਿਰਤਾਂਤ ਨੂੰ ਲਿਖਣ ਦੀ ਕੋਸ਼ਿਸ਼ ਕੀਤੀ, ਹੈ ਨਾ। ਪਰ ਦੇਖੋ, ਮੈਨੂੰ ਇੱਕ ਛੋਟੀ ਕਾਲ ਆ ਰਹੀ। ਹਾਂਜੀ ਹਾਂਜੀ, ਗੋ ਅਹੈਡ। ਮੈਨੂੰ ਇੱਕ ਜਿਹੜਾ ਇੱਕ ਮੈਂ ਛੋਟੀ ਜਿਹੀ ਗੱਲ ਪੇਸ਼ ਕਰਨਾ ਚਾਹੂੰਗਾ, ਉਹ ਇਹ ਹੈ ਕਿ ਨਾ, ਆਪਾਂ ਨੂੰ ਪਤਾ ਆਪਣੀ ਹਿਸਟਰੀ ਬਹੁਤ ਬਹੁਤ ਇਹਦੇ ਵਿੱਚ ਦੁੱਖ ਹੈਗਾ, ਬਹੁਤ ਗੱਲਾਂ ਹੋਈਆਂ, ਬਹੁਤ ਅਦਰਿੰਗ ਹੋਈ ਹੈ ਸਾਡੀ, ਯੂਨੋ। ਪਰ ਆਪਾਂ ਨਾ ਇੱਕ ਥੋੜ੍ਹਾ ਬਹੁਤ ਸਿੰਪਲਿਸਟਿਕ ਜਿਹਾ ਵਿਊ ਨਾ ਰੱਖੀਏ ਪਲੀਜ਼, ਹੈ ਨਾ, ਕਿ ਉਹ ਸਾਡੇ ਨਾਲ ਐਂ ਕਿਉਂ ਹੋ ਜਾਂਦਾ, ਇਹ ਐਂ ਨਹੀਂ ਹੈਗਾ, ਹੈ ਨਾ। ਇਸ ਵੇਲੇ ਪਿਛਲੇ 7 ਸਾਲਾਂ ਤੋਂ ਪੂਰੇ ਦੇਸ਼ ਨੂੰ ਹੀ ਆਹ ਗੌਰਮੈਂਟ ਜਿਹੜੀ ਹੈ ਇਹ ਪੂਰੀ ਤਰ੍ਹਾਂ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਹਿੰਦੁੱਤਵਾ ਦਾ ਨਾਂ ਨੂੰ ਲੈ ਲਓ, ਮੰਦਰ ਬਣਾ ਲਓ, ਜੋ ਮਰਜ਼ੀ ਕਰ ਲਓ, ਬੇਸਿਕਲੀ ਇਹ ਟੇਕ ਓਵਰ ਹੋ ਰਿਹਾ ਕਾਰਪੋਰੇਟ ਘਰਾਣਿਆਂ ਦਾ ਇਸ ਦੇਸ਼ ਦੇ ਉੱਤੇ। ਉਹਨਾਂ ਵਿੱਚ ਵੀ ਕੱਚਾਂ ਦੀ ਨਾਂ ਹੈਗੇ ਨੇ। ਪਹਿਲੇ 3 ਕਾਲਰ ਵੀ ਕਹਿ ਰਹੇ ਸੀਗੇ ਨਾ ਕਿ ਮੋਦੀ ਨੂੰ ਸਮਝਣਾ ਚਾਹੀਦਾ, ਮੋਦੀ ਨੂੰ ਕਰ, ਉਹਨਾਂ ਨੂੰ ਸਾਰੀ ਸਮਝ ਹੈਗੀ ਹੈ ਨਾ। ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਆਪਾਂ ਉਹ ਇਨੋਸੈਂਟ ਜੀ ਫੀਲਿੰਗ ਲੈ ਕੇ ਚੱਲਦੇ ਹਾਂ। ਥੋੜਾ ਕੰਪਲੈਕਸ ਹੈ ਮਾਮਲਾ ਜੀ, ਦੂਜੇ ਨੂੰ ਸਮਝਣ ਦੀ ਕੋਈ ਲੋੜ ਨਹੀਂ ਹੈਗੀ, ਦੂਜੇ ਨੂੰ ਪੂਰੀ ਸਮਝ ਹੈਗੀ, ਉਹ ਜਾਣ ਬੁੱਝ ਕੇ ਵੇਚ ਰਿਹਾ। ਇਸ ਨੂੰ ਹੁਣ ਇਹਦਾ ਟਾਕਰਾ ਕਰਨਾ ਪੈਣਾ। ਡੀਮੋਨੀਟਾਈਜੇਸ਼ਨ ਹੋਈ, ਕਿਸੇ ਨੇ ਆਵਾਜ਼ ਨਹੀਂ ਕੀਤੀ। GST ਹੋਇਆ, ਕਿਸੇ ਨੇ ਆਵਾਜ਼ ਨਹੀਂ ਕੀਤੀ। ਕਸ਼ਮੀਰ ਹੋਇਆ, ਕਿਸੇ ਨੇ ਆਵਾਜ਼ ਨਹੀਂ ਕੀਤੀ। CAA ਬਿੱਲ ਹੋਏ, ਥੋੜੇ ਜਿਹੇ ਪ੍ਰੋਟੈਸਟ ਹੋਈ, ਉਹ ਵੀ ਇਹਨਾਂ ਨੇ ਰਾਈਟਸ ਕਰਾ ਕੇ ਚੁਕਾਤੀ, ਹੈ ਨਾ। ਤੇ ਹੁਣ ਜਿਹੜਾ ਫਿਰ ਆ ਕਰੋਨਾ ਵਾਇਰਸ ਵੇਲੇ ਇੰਨੀ ਜ਼ਿਆਦਾ ਲਾਜ ਚੇਂਜ ਕੀਤੇ ਗਏ। ਹੁਣ ਇਹ ਟਾਈਮ ਹੈਗਾ ਕਿ ਜੇ ਹੁਣ ਨਾ ਖੜੇ ਹੋਏ, ਜੇ ਹੁਣ ਗੌਰਮੈਂਟ ਜਿੱਤ ਜਾਂਦੀ ਹੈ, ਇੰਡੀਆ ਹੀ ਹਾਰ ਜਾਂਦਾ ਹੈ ਨਾ, ਹਮੇਸ਼ਾ ਵਾਸਤੇ। ਐਂਡ ਵਨ ਮੋਰ ਥਿੰਗ, ਸਮਾਲ ਥਿੰਗ ਹੇਅਰ, ਜਿਹੜਾ ਬਾਜਵਾ ਸਾਹਿਬ ਗੱਲ ਕਰ ਰਹੇ ਸੀਗੇ ਨਾ ਕਿ ਮੇਰੇ ਵੀ ਮਨ 'ਚ ਇਹੀ ਸਵਾਲ ਸੀਗਾ, ਮੈਂ ਵੀ ਤੁਹਾਨੂੰ ਪਹਿਲਾਂ ਕਿਹਾ ਪਾਰਟੀਸ਼ਨ 84 ਅਤੇ ਫਿਰ ਹੁਣ ਦਾ ਹਾਲਾਤ, ਹੈ ਨਾ। ਅਤੇ ਮੈਂ ਵੀ ਕਿਉਂ ਕੰਮ ਕਰ ਰਿਹਾ, ਮੈਂ ਇਸੇ ਕਰਕੇ ਕਰ ਰਿਹਾ ਕਿ ਯਾਰ ਜਦੋਂ ਅਸੀਂ ਬੱਚੇ ਸੀਗੇ ਅਸੀਂ ਬਿਰਤਾਂਤ ਨਹੀਂ ਸੰਭਾਲ ਸਕੇ, ਕੀ ਅਸੀਂ ਹੁਣ ਸੰਭਾਲ ਲਾਂਗੇ? ਅਤੇ ਇੱਥੇ ਮੈਨੂੰ ਇੱਕ ਅਹਿਮ ਐਗਜ਼ਾਮਪਲ ਲਿਖਦੀ ਹੈ, ਪਰਸੋਂ ਰਾਤ ਜਿਵੇਂ ਟਿਕਾਇਤ ਖੜੇ ਹੋ ਗਏ ਆ ਕੇ ਸਿੱਖਾਂ ਦੇ ਨਾਲ, ਉਹਨਾਂ ਦਾ ਕੰਸਰਨ ਇਹੀ ਸੀਗਾ ਕਿ ਮੈਂ ਆਪਣੇ ਸਿੱਖ ਭਾਈਓ ਕੇ ਸਾਥ ਖੜਾ ਹਾਂ। ਉਹਨਾਂ ਦੇ ਆਪਣੇ ਲੋਕ ਤਾਂ ਜਾ ਰਹੇ ਸੀਗੇ। ਦੇਖੋ, ਇੰਨੀ ਵੱਡੀ ਰੈਲੀ ਤੋਂ ਬਾਅਦ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਥੋੜ੍ਹੀ ਸਾਈਜ਼ ਘੱਟ ਹੋ ਗਿਆ, ਬਿਲਕੁਲ ਹੋ ਗਿਆ, ਆਪਾਂ ਨੂੰ 20th January ਦੇ ਲੈਵਲ 'ਤੇ ਦੇਖਣਾ ਚਾਹੀਦਾ, ਨਾ ਕਿ 26th January ਦੇ ਲੈਵਲ 'ਤੇ। ਜਿਹੜੇ ਆ ਰਹੇ ਸੀਗੇ ਹਿਊਜ ਕਰਾਊਡਸ, ਜਿਹੜੇ ਆ ਰਹੇ ਸੀਗੇ, ਇਹਨਾਂ ਨੇ ਵਾਪਸ ਜਾਣਾ ਹੀ ਸੀਗਾ, ਇਹਨਾਂ ਨੂੰ ਕੋਈ ਉਹ ਨਹੀਂ। ਗਾਜ਼ੀਪੁਰ ਥੋੜ੍ਹਾ ਜ਼ਿਆਦਾ ਖਾਲੀ ਹੋਇਆ ਕਿਉਂਕਿ VM ਸਿੰਘ ਵੀ ਉੱਥੋਂ ਛੱਡ ਕੇ ਚਲਾ ਗਿਆ,
ਪਰ ਸਿੱਖ ਫਿਰ ਵੀ ਬੈਠੇ ਰਹੇ ਤੇ ਟਿਕਾਇਤ ਨੂੰ ਦਿਖ ਰਿਹਾ ਤੇ ਟਿਕਾਇਤ ਨੂੰ ਇਹ ਵੀ ਦਿਖ ਰਿਹਾ ਕਿ 2013 ਵਿੱਚ ਉਹਦਾ ਪਲੇਟਫਾਰਮ BKU ਯੂਜ਼ ਕਰਕੇ RSS ਨੇ ਮੁਜ਼ੱਫਰਨਗਰ ਰਾਇਟਸ ਕਰਾਏ ਸੀਗੇ ਹਿੰਦੂ ਜਾਟ ਦੀ ਤੇ ਮੁਸਲਮਾਨ ਦੀ ਪਾੜ ਪਵਾਈ ਸੀਗੀ ਉਹਨੂੰ ਇਸ ਦਾ ਅਟੋਨਮੈਂਟ ਹੈਗੀ ਹੈ ਪ੍ਰਾਸ਼ਚਿਤ ਹੈਗਾ ਇਸ ਦਾ ਮੈਂ ਉਹਨਾਂ ਨਾਲ ਰਿਹਾ ਮੈਂ ਸਮਝਿਆ ਬਾਬਿਆਂ ਨਾਲ ਜਿਹੜੇ ਟਿਕਾਇਤ ਬਾਬਾ ਟਿਕਾਇਤ ਵੇਲੇ ਦੇ ਬਾਬੇ ਸੀਗੇ ਉਹਨਾਂ ਤੋਂ ਸਮਝਿਆ ਮੇਰੇ ਹਮ ਉਮਰ ਜਿਹੜਾ ਜਿਨ੍ਹਾਂ ਨੇ 2013 ਵਿੱਚ ਗੰਦ ਪਾਇਆ ਉਹਨਾਂ ਤੋਂ ਸਮਝਿਆ ਨੈਕਸਟ ਜਨਰੇਸ਼ਨ ਤੋਂ ਸਮਝਿਆ ਜਿਹੜਾ ਹੁਣ ਵੱਡੇ ਹੋ ਰਹੇ ਜਿਨ੍ਹਾਂ ਨੂੰ ਮੋਦੀ ਦਾ ਕੋਈ ਫਾਇਦਾ ਨਹੀਂ ਹੋਇਆ ਇਸੇ ਕਰਕੇ ਕੱਲ੍ਹ ਜਿਹੜੀ ਲੱਖਾਂ ਦੀ ਜਿਹੜੀ ਇੱਕ ਮਹਾਂਪੰਚਾਇਤ ਹੋਈ ਹੈ ਮੁਜ਼ੱਫਰਨਗਰ ਵਿੱਚ ਜਿੱਥੇ ਉਹਨਾਂ ਨੇ ਗੰਗਾ ਦੀ ਸਹੁੰ ਖਾਧੀ ਹੈ ਗੰਗਾ ਦੀ ਸਹੁੰ ਉਹਨਾਂ ਨੇ ਪਹਿਲਾਂ 1857 'ਚ ਖਾਧੀ ਸੀਗੀ ਤੇ ਉਦੋਂ ਤੋਂ ਅੰਗਰੇਜ਼ਾਂ ਨਾਲ ਲੜ ਰਹੇ ਸੀਗੇ ਉਹ ਹੁਣ ਉਹਨਾਂ ਨੇ ਕੱਲ੍ਹ ਦੁਬਾਰਾ ਉਹ ਸਹੁੰ ਖਾਧੀ ਹੈ ਦੇਖੋ ਇੱਕ ਯੂਨਿਟੀ ਦਿਖਾਈ ਦੇ ਰਹੀ ਹੈ ਤੁਹਾਨੂੰ ਪਿਛਲੇ 2 ਮਹੀਨਿਆਂ ਵਿੱਚ ਜੋ ਸਿੱਖਾਂ ਨੇ ਪੰਜਾਬੀਆਂ ਨੇ ਤੇ ਇਸ ਵਿੱਚ ਮੈਂ ਹਰਿਆਣਵੀਆਂ ਨੂੰ ਵੀ ਗਿਣਦਾ ਕਿਉਂਕਿ ਜੇ ਉਹ ਨਾ ਹੁੰਦੇ ਅਸੀਂ ਦਿੱਲੀ ਨਾ ਪਹੁੰਚਦੇ ਅਸੀਂ ਜੋ ਆਪਣਾ ਕਿਰਦਾਰ ਦੁਨੀਆਂ ਸਾਹਮਣੇ ਰੱਖਿਆ ਨਾ ਲੰਗਰ ਦੀ ਪ੍ਰਥਾ ਲੰਗਰ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਦੁਨੀਆਂ ਵਿੱਚ ਐਕਸੈਪਟੈਂਸ ਹੋਈ ਸਭ ਥਾਂ ਤੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਨਾਰੇ ਗੂੰਜ ਰਹੇ ਸੀਗੇ ਇਹ ਲੋਕੀ ਆਪਣੇ ਆਪ ਮੱਲੋ ਮੱਲੀ ਸਾਡੇ ਨਾਲ ਸ਼ਾਮਿਲ ਹੋਣਾ ਚਾਹ ਰਹੇ ਸੀਗੇ ਹੈ ਨਾ ਇਹ ਸਭ ਇਹਦੇ ਵਿੱਚ ਇੱਕ ਸ਼ੜਯੰਤਰ ਰਚਿਆ ਗਿਆ 26 ਜਨਵਰੀ ਦਾ ਲਾਲ ਕਿਲੇ ਵਾਲਾ ਕੀਤਾ ਗਿਆ ਪਰ ਉਹਨੂੰ ਬ੍ਰਸ਼ ਆਊਟ ਕਰਕੇ ਆਪਾਂ ਨੂੰ ਦੁਬਾਰਾ ਕੈਡਰ ਇੰਨਾ ਆ ਰਿਹਾ ਤੁਸੀਂ ਹੁਣ ਕਿਹਾ ਹਜ਼ਾਰਾਂ ਆ ਰਹੇ ਅੱਜ ਵੀਕਐਂਡ ਤੋਂ ਬਾਅਦ ਦੇਖ ਲਿਓ ਗਾਜ਼ੀਪੁਰ ਫਲਾਈਓਵਰ ਤੇ ਤੁਹਾਨੂੰ ਸੂਈ ਨੀ ਮਿਲਣੀ ਉੱਥੇ ਨੂੰ ਇੰਨੀ ਜ਼ਿਆਦਾ ਲੋਕ ਅੰਦਾਜ਼ਾ ਹੈਗਾ ਕਿ 3 ਲੱਖ ਲੋਕ ਆਜੂਗਾ ਹਾਲਾਂਕਿ ਕੋਈ ਕੋਈ ਉਹ ਨੀ ਹੈਗਾ ਸਾਡੇ ਕੋਲ ਗੋਲ ਨੀ ਹੈਗਾ ਐਤਕੀ 26 ਜਨਵਰੀ ਇੱਕ ਗੋਲ ਸੀਗਾ ਹੁਣ ਇਹ ਖਾਲੀ ਇਸ ਕਰਕੇ ਆ ਰਹੇ ਕਿਉਂਕਿ ਟਿਕਾਇਤ ਨੇ ਕਹੀ ਕਿ ਮੈਨੂੰ ਮੇਰੇ ਪਿੰਡ ਤੋਂ ਪਾਣੀ ਲਿਆ ਦੋ ਹੈ ਨਾ ਐਂਡ ਦੀਜ਼ ਮੈਟਾਫਰਸ ਨਾ ਆਪਣਾ ਜੱਟ ਲੋਕਾਂ ਦੀ ਆਪਣੀ ਜਿਹੜੇ ਕਿਸਾਨੀ ਵਾਲੇ ਲੋਕ ਹੈਗੇ ਆ ਸਾਡੇ ਵਾਸਤੇ ਬਹੁਤ ਮਿਹਨਤ ਰੱਖਦੇ ਜਦੋਂ ਸਿੰਘੂ ਤੇ ਟੀਕਰੀ ਲੱਗਿਆ ਮੈਨੂੰ ਜਮਾਂ ਹੀ ਲੱਗਿਆ ਕਿ ਮਿਸਲਾਂ ਜਿਵੇਂ ਲੜਦੀਆਂ ਸੀਗੀਆਂ ਗੁਰੂ ਸਾਹਿਬਾਂ ਦੇ ਟਾਈਮ ਤੋਂ ਬਾਅਦ ਜਦੋਂ ਮਿਸਲਾਂ ਦਾ ਟਾਈਮ ਆਇਆ ਜਦੋਂ ਉਹ ਲੜਦੀਆਂ ਸੀਗੀਆਂ ਉਵੇਂ ਹੀ ਟੀਕਰੇ ਸਿੰਘੂ ਤਿਆਰ ਹੋ ਗਏ ਬਿਲਕੁਲ ਹੈ ਨਾ ਤੇ ਹੁਣ ਇਹਨਾਂ ਦੀ ਜੀ ਆਈ ਐਮ ਸੋ ਸੋਰੀ ਇੱਕ ਛੋਟੀ ਜਿਹੀ ਬ੍ਰੇਕ ਲਈ ਸਾਨੂੰ ਇੱਥੇ ਰੁਕਣਾ ਪੈ ਰਿਹਾ ਕਾਲਰਸ ਵੀ ਉਡੀਕ ਰਹੇ ਕਿ ਤੁਹਾਡੇ ਨਾਲ ਉਹ ਆਪਣੇ ਮੈਸੇਜਿਸ ਰੱਖਣ ਤੇ ਆਈ ਨੋ ਤੁਹਾਡੇ ਵੀ ਬਹੁਤ ਜ਼ਿਆਦਾ ਹੋਰ ਵਿਊਜ਼ ਹਨ ਇਸ ਚੀਜ਼ ਤੇ ਆਪਾਂ ਜ਼ਰੂਰ ਸਾਰਿਆਂ ਨੂੰ ਸੁਣਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ ਅਮਨਦੀਪ ਜੀ ਇੱਥੇ ਆਫਕੋਰਸ ਸਿਚੁਏਸ਼ਨ ਟੈਂਸ ਹੈ ਹਰ ਰੋਜ਼ ਕੋਈ ਨਾ ਕੋਈ ਡਿਵੈਲਪਮੈਂਟ ਆਉਂਦੀ ਹੈ ਬਟ ਤੁਹਾਡਾ ਓਵਰਆਲ ਮੈਂ ਕਹਾਂਗੀ ਤੁਹਾਡੀ ਕੀ ਫੀਲਿੰਗ ਹੈ ਇਸ ਮੋਰਚੇ ਨੂੰ ਲੈ ਕੇ ਫਤਿਹ ਹੋਏਗੀ ਸਾਡੀ ਨਹੀਂ ਨਹੀਂ ਫਤਿਹ ਤਾਂ ਹੋਏਗੀ ਇਹਦੇ ਵਿੱਚ ਤਾਂ ਮੈਨੂੰ ਕੋਈ ਸ਼ੱਕ ਨਹੀਂ ਹੈਗਾ ਬਟ ਇਹ ਹੈਗਾ ਕਿ ਦੇਖੋ ਵਾਰ ਦੀਆਂ ਵੀ ਤੁਸੀਂ ਜਦੋਂ ਪਹਿਲੀ ਮੈਟਾਫਰ ਯੂਜ਼ ਕੀਤੀ ਸੀ ਨਾ ਇਹ ਵਾਰ ਹੀ ਹੈਗੀ ਹੈ ਅਤੇ ਵਾਰ ਦੀਆਂ ਸਟੇਜਸ ਹੁੰਦੀਆਂ ਨੇ ਹੈ ਨਾ ਅਤੇ ਇੱਕ ਵਾਰ ਆਫ ਮੈਨੂਵਰ ਹੁੰਦਾ ਜਦੋਂ ਆਪਣੇ ਪਹੁੰਚ ਗਏ ਇੱਥੇ ਆ ਕੇ ਸਾਡੇ ਇਕੱਠੇ ਹੋ ਗਏ ਫਿਰ ਵਾਰ ਦੀ ਪੋਜੀਸ਼ਨਿੰਗ ਹੁੰਦੀ ਹੈ ਕਿ ਹਾਂ ਜੀ ਅਸੀਂ ਹੁਣ ਇੱਥੇ ਡਟ ਗਏ ਹਾਂ 60 ਦਿਨ ਅਸੀਂ ਇੱਥੋਂ ਹੀ ਨੈਗੋਸੀਏਸ਼ਨ ਕਰਾਂਗੇ ਉਹ ਪੋਜੀਸ਼ਨਿੰਗ ਵਿੱਚ ਥੋੜ੍ਹੀ ਜਿਹੀ ਫਰਕ ਆਈ ਹੈ 26 ਨੂੰ ਲੈ ਕੇ ਉਸ ਤੋਂ ਬਾਅਦ ਇੱਕ ਵਾਰ ਆਫ ਪ੍ਰੋਵੋਕੇਸ਼ਨ ਸ਼ੁਰੂ ਹੋ ਗਿਆ ਹੈਗਾ ਕੱਲ੍ਹ ਵੀ ਆਪਾਂ ਦੇਖ ਰਹੇ ਹਾਂ ਕੁਝ ਸਿੱਖ ਭਰਾਵਾਂ ਦੀ ਫੋਟੋਆਂ ਬੜੀਆਂ ਹੀ ਦਰਦਨਾਕ ਫੋਟੋਆਂ ਚੱਲ ਰਹੀਆਂ ਨੇ ਮੇਰਾ ਖਿਆਲ ਹੈ ਆਪਾਂ ਨੂੰ ਇਸ ਵਕਤ ਐਜ਼ ਅ ਕਮਿਊਨਿਟੀ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਹਰਿਆਣਾ ਯੂਪੀ ਰਾਜਸਥਾਨ ਦੇ ਜਾਟ ਆ ਗਏ ਨੇ ਉਹਨਾਂ ਨੇ ਵੀ ਆਪਣਾ ਮੋਰਚਾ ਖੋਲ੍ਹ ਲਿਆ ਹੁਣ ਤਾਂ ਹੀ ਉਹ ਸਾਡੇ ਨਾਲ ਖੜ੍ਹੇ ਸੀਗੇ ਹੁਣ ਆਪਾਂ ਨੂੰ ਉਹਨਾਂ ਨਾਲ ਖੜ੍ਹਨਾ ਚਾਹੀਦਾ ਕਿਉਂਕਿ ਦੇਖੋ ਦੇਸ਼ ਦੀ ਜਿਹੜੀ ਲੜਾਈ ਹੈ ਨਾ ਪੰਜਾਬ 70 ਸਾਲਾਂ ਤੋਂ ਇੱਕ ਕੋਨੇ ਤੋਂ ਲੜਦਾ ਰਿਹਾ ਹੁਣ ਵੀ ਦੇਸ਼ ਨੂੰ ਬਚਾਉਂਦਾ ਹੈ ਬਾਰਡਰ 'ਤੇ ਹੈਗਾ ਪੰਜਾਬ ਆਪਣਾ ਬਟ ਇਹ ਲੜਾਈ ਐਕਚੁਅਲੀ ਹਿੰਦੀ ਹਾਰਟਲੈਂਡ ਦੀ ਲੜਾਈ ਹੈ ਅਤੇ ਉੱਥੇ ਹੋਣੀ ਚਾਹੀਦੀ ਹੈ ਇਹ ਲੜਾਈ ਅਤੇ ਉੱਥੇ ਸ਼ੁਰੂ ਹੋ ਗਈ ਹੈ ਹੁਣ ਇਹ ਸਾਨੂੰ ਪਛਾਣਨਾ ਚਾਹੀਦਾ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਇੱਕ ਮੇਰੀ ਰਾਏ ਹੈਗੀ ਜਿੰਨੇ ਵੀ ਭੈਣ ਭਰਾ ਆਪਣੇ ਹੈਗੇ ਨੇ ਜੇ ਸੰਯੁਕਤ ਕਿਸਾਨ ਮੋਰਚਾ 'ਤੇ ਪ੍ਰੈਸ਼ਰ ਪਾ ਸਕਦੇ ਹੋ ਤਾਂ ਇਹ ਪ੍ਰੈਸ਼ਰ ਪਾਓ ਕਿ ਇਕੱਠੇ ਰਹੋ ਨਾ ਕਿ ਤੁਸੀਂ ਇੱਕ ਦੂਜੇ ਦਾ ਹੱਥ ਛੱਡੋ ਇਸ ਵੇਲੇ ਬਹੁਤ ਇੰਪੋਰਟੈਂਟ ਹੈ ਆਪਣੇ ਵਾਸਤੇ ਸਾਈਕੋਲੋਜੀਕਲ ਐਟਰੀਸ਼ਨ ਬਹੁਤ ਹੋਊਗੀ ਹੁਣ ਸਾਨੂੰ ਡੇਲੀ ਇਹੋ ਜਿਹੀਆਂ ਨਿਊਜ਼ ਆਉਣਗੀਆਂ
ਅਸੀਂ ਸੰਯਮ ਰੱਖਣਾ ਹੈ, ਅਸੀਂ ਵਿਸ਼ਵਾਸ, ਇੰਟਰਨੈਟ ਚਲੇ ਜਾਂਦਾ ਸਾਨੂੰ ਕਿਸ ਤੇ ਵਿਸ਼ਵਾਸ ਰਹੂਗਾ, ਆਪਣੇ ਆਪ ਤੇ ਕਿ ਹਾਂ ਲੜਾ ਮੈਂ ਲੜ ਰਿਹਾ ਆਪਣੇ ਵਾਸਤੇ ਲੜ ਰਿਹਾ ਤੇ ਮੇਰੇ ਸਾਥੀ ਹੈਗੇ, ਜਦੋਂ ਇੰਟਰਨੈਟ ਖੁੱਲ ਜੂਗਾ ਦਿਖੂਗਾ ਮੇਰੇ ਸਾਥੀ ਵੀ ਹੈਗੇ, ਅਸੀਂ ਸਾਰੇ ਹੀ ਲੜ ਰਹੇ ਹਾਂ, ਇਹ ਚੱਲਦਾ ਰਹੂਗਾ ਹੁਣ ਇਹ ਪੋਲੀਟੀਕਲ ਕਲਾਸ ਤੋਂ। ਮੈਨੂੰ ਇੱਕ ਲਾਸਟ ਦੋ ਸ਼ਬਦ, ਪੋਲੀਟੀਕਲ ਕਲਾਸ ਉਮੀਦ, ਹਾਂ ਪੋਲੀਟੀਕਲ ਕਲਾਸ ਤੋਂ ਮੈਨੂੰ ਕੋਈ ਉਮੀਦ ਨਹੀਂ ਹੈਗੀ, ਜਿਹਨਾਂ ਲੋਕਾਂ ਨੂੰ ਭਰੋਸਾ ਹੈਗਾ ਹਜੇ ਚਲੋ ਠੀਕ ਹੈ ਤੁਸੀਂ ਕਰ ਲਓ, ਬਟ ਆਈ ਥਿੰਕ ਇਹ ਇੰਡੀਅਨ ਡੈਮੋਕ੍ਰੇਸੀ ਦੀ ਇੱਕ ਬਹੁਤ ਅਹਿਮ ਮੂਵਮੈਂਟ ਹੈ, ਸਾਨੂੰ ਸਾਰੇ ਦੇਸ਼ ਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਹੈ, ਸਾਰੇ ਵਿਦੇਸ਼ ਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਆਹ ਜਿਹੜੇ ਤੰਤਰ ਬਣੇ ਹੋਏ ਸੀਗੇ ਨਾ 70 ਸਾਲਾਂ ਤੋਂ, ਜਿਸ ਵਿੱਚ ਫਾਈਨਲੀ ਬੀਜੇਪੀ ਨੇ, ਮੋਦੀ ਨੇ ਕੱਟਿਆ ਕੀ ਹੈ, ਮੋਦੀ ਨੇ ਤਾਂ ਕਿਸਾਨ ਦੇ ਗੁੱਸੇ ਦੀ ਫਸਲ ਕੱਟੀ ਹੈ ਤੇ ਹੁਣ ਉਸਨੂੰ ਸਾਈਡ ਤੇ ਸੁੱਟਣਾ ਚਾਹੁੰਦਾ, ਪਰ ਉਹ ਸੁੱਟਿਆ ਨਹੀਂ ਦੇਣਗੇ ਅਸੀਂ, ਹੈ ਨਾ, ਮੰਡੀਆਂ ਨੂੰ ਅਸੀਂ ਪ੍ਰਾਈਵੇਟਾਈਜ਼ ਨਹੀਂ ਹੋਣ ਦਾਂਗੇ ਤੇ MSP ਲੈ ਕੇ ਰਵਾਂਗੇ, ਮਿਲਣੀ ਚਾਹੀਦੀ ਹੈ, ਕਿਸਾਨ ਦਾ ਹੱਕ ਹੈ MSP ਮਿਲਣਾ। ਕਾਲਰਸ ਤੋਂ ਵੀ ਸੁਣ ਲੈਂਦੇ ਆ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੈਣਾ ਜੀ, ਹਾਂਜੀ ਕਿੱਥੋਂ ਬੋਲ ਰਹੇ ਹੋ ਜੀ, ਤੁਸੀਂ ਆਉਂਦੇ ਰਹੋ। ਮੈਂ ਅਸ਼ਦੀਪ ਗੱਲ ਕਰ ਰਿਹਾ ਜੀ ਬ੍ਰੈਂਟਨ ਤੋਂ, ਤੇ ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ ਆਪਣਾ ਸੰਧੂ ਸਾਹਿਬ, ਦੇਖੋ ਅੱਜ ਜਿਹੜਾ ਭਾਰਤ ਦੇ ਉੱਤੇ ਸੰਕਟ ਖੜਾ ਹੋਇਆ, ਧਰਮ ਸੰਕਟ ਇਹਨੂੰ ਮੈਂ ਕਹਿ ਸਕਦਾ ਹਾਂ, ਇੱਕ ਪਾਸੇ ਜਵਾਨ ਹੈ ਤੇ ਇੱਕ ਪਾਸੇ ਕਿਸਾਨ ਹੈ, ਇਹਨੂੰ ਦੇਖ ਕੇ ਮੈਨੂੰ ਦੋ ਲਾਈਨਾਂ ਯਾਦ ਆ ਰਹੀਆਂ, ਦੁੱਲਾ ਕੀੜੀਆਂ ਦਾ ਲੱਖ ਮਾਣੇ ਆਟਾ, ਮਾਵਾਂ ਦੇ ਉਹਨੇ ਪੁੱਤ ਡਿੱਗ ਪਏ, ਪੈਂਦਾ ਮਾਵਾਂ ਨੂੰ ਤਾਂ ਦੋਵੇਂ ਬੰਨੇ ਘਾਟਾ, ਹਾਰੇ ਜਾਂ ਕੋਈ ਜੰਗ ਜਿੱਤ ਜੇ। ਸੰਧੂ ਸਾਹਿਬ ਦੇਖੋ, ਚਾਈਨਾ ਨੇ ਸਾਡਾ ਅਰੁਣਾਚਲ ਪ੍ਰਦੇਸ਼ ਵੀ ਦੱਬ ਲਿਆ, ਉੱਥੇ ਜੇ ਤੁਹਾਨੂੰ ਘੁੰਮਣ ਦਾ ਮੌਕਾ ਮਿਲਿਆ ਹੋਵੇ ਜਾਂ ਜੇ ਤੁਸੀਂ ਕਦੇ ਅਰੁਣਾਚਲ ਪ੍ਰਦੇਸ਼ ਗਏ ਹੋ ਤੁਹਾਨੂੰ ਉਹ ਖਿੱਤੇ ਦਾ ਯਾਦ ਹੋਵੇਗਾ, ਤੇ ਦੂਜੇ ਪਾਸੇ ਸਾਡੇ ਲੱਦਾਖ ਦੇ ਵਿੱਚ ਵੀ ਚਾਈਨਾ ਦੀ ਵੱਡੀ ਘੁਸਪੈਠ ਹੈ। ਤੁਹਾਨੂੰ ਨੀ ਲੱਗਦਾ ਕਿਸਾਨਾਂ ਦੀਆਂ ਮੰਗਾਂ ਮੰਗ ਕੇ ਇਹਨਾਂ ਨੂੰ ਵੱਡਾ ਮਨੋਬਲ ਮਿਲੂਗਾ ਸਾਡੀ ਮਿਲਟਰੀ ਨੂੰ, ਕਿਉਂਕਿ ਇਹਨਾਂ ਦੇ ਹੀ ਧੀ ਪੁੱਤ ਹੈ ਜਿਹੜੇ ਬਾਰਡਰਾਂ ਤੇ ਖੜੇ ਹੋਏ ਆ, ਜੇ ਅੱਜ ਇਹਨਾਂ ਦੇ ਉੱਤੇ ਆਰਮੀ ਲਾਉਂਦੇ ਆ, ਮਿਲਟਰੀ ਲਾਉਂਦੇ ਆ, ਇਹਨਾਂ ਦੇ ਉੱਤੇ ਲਾਠੀ ਚਾਰਜ ਕਰਦੇ ਆ, ਇਹ ਸਿਵਲ ਵਾਰ ਦੇ ਵਿੱਚ ਸਾਡਾ ਹਿੰਦੁਸਤਾਨ ਧੱਕਿਆ ਜਾਊਗਾ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਹਾਨੂੰ ਥੈਂਕ ਯੂ ਸੋ ਮਚ ਅਰਸ਼ਦੀਪ ਜੀ ਬ੍ਰੈਂਪਟਨ ਤੋਂ। ਸੰਧੂ ਜੀ, ਅੱਜ ਦੀ ਗਵਰਨਮੈਂਟ ਪਿਛਲੇ 7 ਸਾਲਾਂ ਤੋਂ ਸਿਵਲ ਵਾਰ ਕਰਾ ਕੇ ਹੀ ਜਿੱਤਣਾ ਚਾਹੁੰਦੀ ਰਹੀ ਹੈ ਤੇ ਜਿੱਤ ਵੀ ਰਹੀ ਹੈ। ਤੁਸੀਂ ਸਰ, ਤੁਸੀਂ ਹਿੰਦੁਸਤਾਨ ਦੇ ਇੰਡੀਆ ਦੀ ਪੱਖ ਦੀ ਗੱਲ ਕਰਦੇ ਹੋ, ਪਰ ਅੱਜ ਦੀ ਗਵਰਨਮੈਂਟ ਇਸ ਹਿੰਦੁਸਤਾਨ ਨੂੰ ਵੇਚਣਾ ਚਾਹੁੰਦੀ ਹੈ ਪ੍ਰਾਈਵੇਟ ਕਾਰਪੋਰੇਟਾਂ ਨੂੰ। ਇਹ ਸਾਰਾ ਨੌਟੰਕੀ ਹਿੰਦੁੱਤਵ ਦਾ, ਇਹ ਸਾਰੀ ਜਿਹੜਾ ਜ਼ਹਿਰ ਇਹਨਾਂ ਨੇ ਉਗਲਿਆ ਮੁਸਲਮਾਨਾਂ ਦੇ ਖਿਲਾਫ, ਆ ਜੋ ਗਊ ਹੱਤਿਆ, ਜੋ ਸਭ ਕੁਛ, ਇਹ ਪੂਰੀ ਸਾਜਿਸ਼ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਦੇਸ਼ ਨੂੰ ਵੇਚ ਦਈਏ, ਤੇ ਉਹੀ ਚੱਲ ਰਹੀ ਹੈ ਸਰ। ਤੇ ਇਸੇ ਕਰਕੇ ਨਾ ਆਪਾਂ ਇਨੋਸੈਂਟ ਕੁਐਸਚਨ ਨਾ ਪੁੱਛੀਏ, ਮਤਲਬ ਮੈਂ ਤੁਹਾਨੂੰ ਨੀ ਕੁਛ ਕਹਿ ਰਿਹਾ, ਬਟ ਆਪਾਂ ਨੂੰ ਇਹ ਮੈਚਿਓਰਿਟੀ ਨਾਲ ਦੇਖਣਾ ਚਾਹੀਦਾ ਕਿ ਕਿੱਥੇ ਲੜਾਈ ਕਿੱਥੇ ਖੜੀ ਹੈ। ਦੋਵੇਂ ਪਾਰਟੀਆਂ ਹਿੰਦੁਸਤਾਨ ਦਾ ਹੱਕ ਵਿੱਚ ਨਹੀਂ ਖੜੀਆਂ, ਇੱਕ ਹਿੰਦੁਸਤਾਨ ਦੇ ਹੱਕ ਵਿੱਚ ਖੜੀ ਹੈ, ਆਪਣੇ ਕਿਸਾਨ, ਆਪਣੇ ਜਵਾਨ, ਆਪਣੀ ਸਾਰੀ ਸੋਸਾਇਟੀ, ਤੇ ਇੱਕ ਹਿੰਦੁਸਤਾਨ ਦੀ ਨੁਮਾਇੰਦਗੀ ਕਰਦੇ ਹੋਇਆ ਉਸਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ। ਆਪਾਂ ਨੂੰ ਉਸਨੂੰ ਬਚਾਉਣਾ, ਆਪਣੇ ਹਿੰਦੁਸਤਾਨ ਨੂੰ ਬਚਾਉਣਾ। ਸਤਿ ਸ਼੍ਰੀ ਅਕਾਲ, ਤੁਸੀਂ ਆਉਣਾ, ਪਲੀਜ਼ ਆਪਣੀ ਟੀਵੀ ਦਾ ਵੋਲਿਊਮ ਲੋਅਰ ਕਰਕੇ ਸਾਡੇ ਨਾਲ ਜੁੜੋ। ਸਤਿ ਸ਼੍ਰੀ ਅਕਾਲ, ਹੈਲੋ ਹੈਲੋ, ਟੀਵੀ ਦਾ ਵੋਲਿਊਮ ਮਿਊਟ ਕਰ ਲਓ ਪਲੀਜ਼। ਹਾਂਜੀ ਹਾਂਜੀ, ਤੁਹਾਡੇ ਟੀਵੀ ਦਾ ਵੋਲਿਊਮ ਬਹੁਤ ਲਾਊਡ ਹੈ, ਮੈਂ ਤੁਹਾਨੂੰ ਹੋਲਡ ਤੇ ਪਾ ਰਹੀ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਅਸ਼ਮੀਤਾ ਤੇ ਅਮਜੀਤ ਸੰਧੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਦੱਸੋ ਜੀ। ਹਾਂਜੀ, ਇਸ ਤਰ੍ਹਾਂ ਮੈਂ ਸੰਧੂ ਸਾਹਿਬ ਬੜੀਆਂ ਡੂੰਘੀਆਂ ਗੱਲਾਂ ਦੱਸ ਰਹੇ ਆ। ਇਹ ਜਿਹੜੇ ਦੇਸ਼ ਵਿੱਚ ਗਵਰਨਮੈਂਟ ਹੀ ਵਾੜ ਖੇਤ ਨੂੰ ਖਾਣ ਲੱਗ ਪਏ, ਗਵਰਨਮੈਂਟ ਕਮਿਊਨਲ ਕਾਰਡ ਖੇਡਣ ਡਈ ਆ। ਇਹੀ ਕਾਰਡ ਇਹਨਾਂ ਨੇ ਜਦੋਂ ਮੋਦੀ ਸੀਗੇ ਗੁਜਰਾਤ ਦੇ ਚੀਫ ਮਿਨਿਸਟਰ, ਉੱਥੇ ਖੇਡਿਆ ਗੋਦਰਾ ਕਾਂਡ 'ਚ, ਇਹੀ ਫਿਰ ਇਹਨਾਂ ਨੇ ਇੱਥੇ ਦਿੱਲੀ 'ਚ ਸ਼ਹੀਨ ਬਾਗ 'ਚ ਖੇਡਿਆ। ਇਹੀ ਕਾਰਡ ਇਹ ਹੁਣ ਜਿਹੜਾ ਕੱਲ੍ਹ ਪਰਸੋਂ ਖੇਡਣਾ ਚਾਹੁੰਦੇ ਸੀਗੇ, RSS ਦੇ ਬੰਦਿਆਂ ਨੂੰ ਲਿਆ ਕੇ ਸਰਕਾਰ ਆਪ ਹੀ ਅੰਦੋਲਨਕਾਰੀਆਂ ਨੂੰ। ਹਾਂਜੀ ਹਾਂਜੀ ਹਾਂਜੀ, ਮੇਰੀ ਆਵਾਜ਼ ਸੁਣ ਰਹੀ ਤੁਹਾਨੂੰ? ਹਾਂਜੀ 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 ਹਾਂਜੀ, ਹਾਂ ਇੱਥੇ ਗਾਜ਼ੀਪੁਰ 'ਚ ਵੀ RSS ਦੇ ਬੰਦਿਆਂ ਨੂੰ ਲਿਆ ਕੇ ਕਿਸਾਨਾਂ ਨੂੰ ਕਟਾਉਣ, ਡਰਾਉਣ, ਧਮਕਾਉਣ ਕਿ ਇੱਥੋਂ ਭੱਜ ਜਾਣ, ਇਹ ਕਾਰਡ ਵਰਤ ਰਹੀ ਹੋਵੇ ਤੇ ਉਹ ਸਰਕਾਰ ਜਿਹੜੀ ਸੁਪਰੀਮ ਕੋਰਟ ਨੂੰ
ਜਿੱਤ ਲੈ ਚੁੱਕੀ ਹੋਵੇ ਉਹਨਾਂ ਤੋਂ ਤੁਸੀਂ ਕੀ ਇਨਸਾਫ ਭਾਲ ਸਕਦੇ ਹੋ ਨੰਬਰ ਇੱਕ ਸੰਧੂ ਸਾਹਿਬ ਦੂਜਾ ਡਾਕਟਰ ਬਾਜਵਾ ਸਾਹਿਬ ਨੇ ਸਵਾਲ ਕੀਤਾ ਸੀ ਬਹੁਤ ਗਹਿਰਾ ਉਹ ਭਾਵਕ ਹੋ ਗਏ ਸਨ ਬਹੁਤ ਸਿਆਣੇ ਨੇ ਪਤਾ ਨੀ ਉਹਨਾਂ ਨੇ ਇਸ ਸਵਾਲ ਦਾ ਜਵਾਬ ਕਿਉਂ ਨੀ ਲੱਭਿਆ ਅਜੇ ਤੱਕ ਇੰਨੀ ਉਮਰ ਵਧੀ ਹੋ ਗਈ ਮੈਂ ਉਹਨਾਂ ਨੂੰ ਸਲਾਹ ਦੇਵਾਂਗਾ ਕਿ ਉਹ ਕਿਤਾਬ ਪੜ੍ਹਨ ਇੱਕ ਗੁਰਤੇਜ ਸਿੰਘ IAS ਦੀ ਜਿਹਦੇ ਵਿੱਚ ਉਹਨਾਂ ਲਿਖਿਆ ਕਿ ਆਲ ਇੰਡੀਅਨ ਪੋਲੀਟੀਕਲ ਪਾਰਟੀਜ਼ ਹੈਵ ਇਰੈਕਟਡ ਏ ਚੱਕਰ ਵਿਊ ਅਰਾਊਂਡ ਦਾ ਸਿੱਖ ਹੂ ਹੈਵ ਕਾਮਨ ਐਨਸੈਸਟਰ ਵਿਦ ਅਦਰ ਇੰਡੀਅਨ ਦੇ ਆਰ ਡੂਇੰਗ ਦਿਸ ਟੂ ਦਾ ਸਿੱਖ ਬਿਹਾਈਂਡ ਦਾ ਫੇਸ ਆਫ ਸੈਕੂਲਰ ਡੋਮੈਸਟਿਕ ਸਟੇਟ ਵਿਦ ਰਿਟਨ ਕਾਨਸਟੀਟਿਊਸ਼ਨ ਹਾਂਜੀ ਉਹਨਾਂ ਨੇ ਆਪਣਾ ਦਰਜਦਾਰ ਕੀਤਾ ਸੀ ਕਿ ਸਿੱਖਾਂ ਨੂੰ ਕਿਉਂ ਇਸ ਤਰ੍ਹਾਂ ਕਰ ਰਹੀ ਆ ਸਰਕਾਰ ਜਿਹੜੇ ਦੇਸ਼ ਦੇ ਇੰਨੇ ਹੈਗੇ ਨੇ ਲੋਇਲ ਨੇ ਆਜ਼ਾਦੀ ਚ ਇੰਨਾ ਉਹਨਾਂ ਹਿੱਸਾ ਪਾਇਆ ਦੇਸ਼ ਦੀ ਆਜ਼ਾਦੀ ਵਾਸਤੇ ਸਭ ਕੁਝ ਵਾਸਤੇ ਤੇ ਸਰਕਾਰਾਂ ਕਿਉਂ ਸਿੱਖਾਂ ਨੂੰ ਇੰਨਾ ਕਰ ਰਹੀਆਂ ਨੇ ਖਪਾ ਰਹੀਆਂ ਨੇ ਸਤਾ ਰਹੀਆਂ ਨੇ ਕਿਉਂ ਇਸ ਤਰ੍ਹਾਂ ਕਰ ਰਹੀਆਂ ਨੇ ਇਹ ਉਹਨਾਂ ਦਾ ਸਵਾਲ ਸੀ ਸੋ ਇਹ ਸੰਧੂ ਸਾਹਿਬ ਤੁਸੀਂ ਬਾਹਰੋਂ ਪੰਜਾਬ ਚ ਸਿੱਖਿਆ ਨਹੀਂ ਰਹਿੰਦੇ ਇੱਕ ਹੋਰ ਪੰਜਾਬ ਕਲਕੱਤੇ ਦੇ ਇੱਕ ਰਾਈਟਰ ਸੀਗੇ ਹਰਦੇਵ ਸਿੰਘ ਦਲਗੀਰ ਉਹਨਾਂ ਨੇ ਕਿਤਾਬ ਲਿਖੀ ਹੈ ਇੱਕ ਮੈਂ ਪੰਜਾਬ ਬਲੁੰਦਰ ਹੋਇਆ 1984 ਚ ਉਹ ਵੀ ਪੜ੍ਹਿਓ ਕਿਤੇ ਸ਼ਾਇਦ ਤੁਹਾਡੀਆਂ ਤੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਭਾਵਨਾਵਾਂ ਆਪਸ ਮਿਲ ਜਾਣ ਪੂਰੀ ਨੀ ਸੁਣ ਪਾਏ ਤੇ ਜ਼ਰੂਰ ਤੁਹਾਨੂੰ ਵਾਪਿਸ ਆਉਣਾ ਪੈਣਾ ਇਸ ਕਨਵਰਸੇਸ਼ਨ ਨੂੰ ਆਪਾਂ ਇੱਥੇ ਸਿਰਫ ਪੌਜ਼ ਕਰ ਰਹੇ ਹਾਂ ਹਲਕਾ ਜਿਹਾ ਇੱਕ ਵਾਰੀ ਫਿਰ ਅਮਨਦੀਪ ਸੰਧੂ ਜੀ ਔਥਰ ਪੰਜਾਬ ਫੋਲਟ ਲਾਈਨਸ ਕਿਤਾਬ ਤੁਸੀਂ ਵੇਖ ਸਕਦੇ ਹੋ ਜਰਨੀ ਥਰੂ ਫੋਲਟ ਲਾਈਨਸ ਤੇ ਤੁਹਾਡੀ ਵੱਖ ਵੱਖ ਆਰਟੀਕਲਸ ਲਗਾਤਾਰ ਪਬਲਿਸ਼ ਹੁੰਦੇ ਰਹਿੰਦੇ ਹੈ ਖਾਸ ਕਰਕੇ ਇਸ ਮੋਰਚੇ ਤੇ ਤੁਸੀਂ ਇੱਕ ਐਕਟਿਵ ਪਾਰਟੀਸੀਪੈਂਟ ਦੇ ਤੌਰ ਤੇ ਕਵਰੇਜ ਵੀ ਦੇ ਰਹੇ ਹੋ ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ ਹੈਵ ਅ ਗੁੱਡ ਰੈਸਟ ਆਫ ਯੂਰ ਡੇ ਅਮਨਦੀਪ ਜੀ ਜ਼ਰੂਰ ਸਾਡੇ ਨਾਲ ਫਿਰ ਆ ਕੇ ਜੁੜੋ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜੀ ਐਂਡ ਮੈਂ ਵਿਊਅਰਸ ਨੂੰ ਵੀ ਮੈਸੇਜ ਆਪਣੇ ਵੱਲੋਂ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਅੱਜ ਅਗਰ ਮੈਂ ਤੁਹਾਡੀ ਕਾਲ ਨਹੀਂ ਚੁੱਕ ਪਾਈ ਇੱਕ ਵਾਰੀ ਫਿਰ ਆਮ ਸੋਰੀ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com ashmita@justbroadcasting.com ਇਸੇ ਤਰ੍ਹਾਂ ਸਾਡੀ ਤੁਸੀਂ ਕਹਿ ਲਓ ਨੈਟਵਰਕ ਦੀ ਕਮਿਟਮੈਂਟ ਹੈ ਟੂ ਫੀਅਰ ਐਂਡ ਫੇਅਰਲੈਸ ਰਿਪੋਰਟਿੰਗ ਤੇ ਉਸ ਚੀਜ਼ ਤੇ ਆਪਾਂ ਡਟ ਕੇ ਜਾਰੀ ਰਵਾਂਗੇ ਜਿਸ ਤਰ੍ਹਾਂ ਇਹ ਮੋਰਚਾ ਡਟ ਕੇ ਜਾਰੀ ਹੈਗਾ ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ